ਸ੍ਰੀ ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਛੰਦ ਮਾਨ ਬਚਨ ਗੁਰਦਾਸ ਗਾਇਓ ਤਬ ਨਿਜ ਡੇਰੇ ਤੇ ਲਿਆਵਨ ਕੀਨ ਬੈਠ ਪਾਠ ਕਰ ਤਬੈ ਸੁਨਾਈ ਜਿਸ ਮਹਿ ਮਹਿਮਾ ਗੁਰੂ ਪਰਬੀਨ
ਮਾਨ ਬਚਨ ਗੁਰਦਾਸ ਗਯੋ ਤਬ ਨਿਜ ਡੇਰੇ ਤੇ ਲਿਆਵਨ ਕੀਨ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਨੇਵਰ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸਤ ਸੰਗਤ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਦੀ ਮਹਿਮਾ ਬੜੇ ਪ੍ਰੇਮ ਦੇ ਨਾਲ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਕੀਤੀ ਗਈ ਹੈ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਲੱਖ ਲੱਖ ਸਸੀਅਰ ਭਾਨ ਕਿਰਨ ਠਰੂਰ ਹੈ। ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ। ਭਗਤ ਵਛਲ ਪ੍ਰਵਾਨ ਚਰਣਾ ਧੂਰ ਹੈ। ਭਾਈ ਸਾਹਿਬ ਜੀ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ ਕਿ ਸਾਧ ਸੰਗਤ ਦੇ ਵਿੱਚ ਵਾਹਿਗੁਰੂ ਦਾ ਪ੍ਰਤੱਖ ਨੂਰ ਜਿਹੜਾ ਹੈ ਉਹ ਝਲਕਦਾ ਹੈ। ਸਾਧ ਸੰਗਤ ਦੇ ਨੂਰ ਅੱਗੇ ਲੱਖਾਂ ਹੀ ਸੂਰਜ ਚੰਦਰਮਿਆਂ ਦੀਆਂ ਕਿਰਨਾਂ ਵੀ ਫਿੱਕੀਆਂ ਪੈਂਦੀਆਂ ਨੇ, ਠੰਡੀਆਂ ਪੈਂਦੀਆਂ ਨੇ, ਕੁਝ ਮਾਇਨਾ ਰੱਖਦੀਆਂ ਨਹੀਂ। ਸਾਧ ਸੰਗਤ ਦੇ ਵਿੱਚ ਜਿਹੜਾ ਕੀਰਤਨ ਸੁਣਨਾ ਹੈ ਇਹਦੇ ਅੱਗੇ ਲੱਖਾਂ ਹੀ ਵਾਰ ਭਾਵੇਂ ਤੂੰ ਵੇਦਾਂ ਦਾ ਪਾਠ ਕਰ, ਪੁਰਾਣਾਂ ਦਾ ਪਾਠ ਕਰ, ਇਸ ਕੀਰਤਨ ਸਾਹਮਣੇ ਸਭ ਚੂਰ ਨੇ, ਮਾਤ ਨੇ, ਕੁਝ ਹਸਤੀ ਨਹੀਂ ਇਹਨਾਂ ਦੀ। ਐਸੇ ਪਵਿੱਤਰ ਬਚਨ ਬਾਣੀ ਦੇ ਵਿੱਚ ਆਪ ਜੀ ਉਚਾਰਨ ਕਰਦੇ ਹਨ ਜਿਨ੍ਹਾਂ ਦਾ ਜ਼ਿਕਰ ਇਤਿਹਾਸ ਵਿੱਚ ਆ ਰਿਹਾ ਹੈ। ਸਤਿਗੁਰੂ ਜੀ ਨੇ ਵੀ ਬਾਣੀ ਅੰਦਰ ਬੜੇ ਪ੍ਰੇਮ ਦੇ ਨਾਲ ਕਥਨ ਕੀਤਾ ਹੈ। ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਮਨ ਨੂੰ ਠੰਡ ਪਾਉਣ ਵਾਲੀ ਕੋਈ ਵਸਤੂ ਦੱਸੋ ਜਿਸ ਕਰਕੇ ਮਨ ਨੂੰ ਠੰਡ ਪਵੇ, ਮਨ ਨੂੰ ਸੁੱਖ ਪ੍ਰਾਪਤ ਹੋਵੇ। ਤਾਂ ਆਪ ਜੀ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਕਥਾ ਤੇ ਕੀਰਤਨ ਇਹ ਦੋ ਸਾਧਨ ਐਸੇ ਨੇ ਜਿਹੜੇ ਮਨ ਨੂੰ ਸੁੱਖ ਦਿੰਦੇ ਨੇ, ਮਨ ਨੂੰ ਸ਼ਾਂਤ ਕਰਦੇ ਹਨ। ਮਨ ਨੂੰ ਸੁੱਖ ਪ੍ਰਾਪਤ ਹੁੰਦਾ ਹੈ ਜਿਹੜਾ ਸੁੱਖ ਲੱਖਾਂ ਹੀ ਵਿਸ਼ੇ ਭੋਗ ਰਾਸ ਕਾਸ ਕਿਸੇ ਤਰ੍ਹਾਂ ਵੀ ਰੱਤੀ ਮਾਤਰ ਵੀ ਮਨ ਨੂੰ ਨਹੀਂ ਦੇ ਸਕਦੇ ਹਨ। ਇੱਕ ਗੱਲ ਚੇਤੇ ਆ ਗਈ, ਇੱਕ ਸਿੱਖ ਦਾ ਨਾਮ ਹੋਇਆ ਮਨ ਸੁੱਖ, ਮਨ ਦੇ ਸੁੱਖ ਦੀ ਗੱਲ ਚੱਲੀ ਹੈ, ਉਹਦਾ ਨਾਮ ਹੀ ਸੀ ਭਾਈ ਮਨ ਸੁੱਖ। ਸਿੱਖ ਹੈ ਹੀ ਉਹ ਜਿਹਦੇ ਮਨ ਨੂੰ ਸੁੱਖ ਹੈ, ਤੇ ਜਿਹਦੇ ਮਨ ਨੂੰ ਸੁੱਖ ਨਹੀਂ ਉਹ ਸਿੱਖ ਨਹੀਂ ਹੋ ਸਕਦਾ। ਅਸਲ ਮਾਇਨੇ ਵਿੱਚ ਧਰਮੀ ਹੈ ਹੀ ਅਸਲ ਮਾਇਨੇ ਵਿੱਚ ਉਹ ਹੈ ਜਿਹਦੇ ਮਨ ਦੇ ਵਿੱਚ ਸੁੱਖ ਹੈ।
ਸੰਗਲਾ ਦੀਪ ਦੀ ਸ਼ਾਮ ਬਾਦਸ਼ਾਹ ਬੈਠਾ ਹੋਇਆ ਹੈ ਮਹਿਫਲ ਦੇ ਵਿੱਚ, ਰੰਗ ਬਿਰੰਗੇ ਫਾਨੂਸਾਂ ਦੇ ਨਾਲ ਉਹ ਕਮਰਾ ਜਗਮਗਾ ਰਿਹਾ ਹੈ। ਕੰਧਾਂ ਨੇ ਸੁਨਹਿਰੀ ਚਿੱਤਰਕਾਰੀ ਵੀ ਉੱਤੇ ਕੀਤੀ ਹੈ ਸੁਨਹਿਰੀ। ਜਦੋਂ ਉਹਨਾਂ ਫਾਨੂਸਾਂ ਦੀ, ਦੀਵਿਆਂ ਦੀ ਜਾਂ ਹੋਰ ਰੌਸ਼ਨੀ ਵਾਲੀਆਂ ਮਣੀਆਂ ਦੀ ਉੱਤੇ ਪ੍ਰਕਾਸ਼ ਪੈਂਦਾ ਹੈ ਤੇ ਉਹ ਕੰਧਾਂ ਦੁੱਗਣੀਆਂ ਚਮਕ ਉੱਠਦੀਆਂ ਹਨ। ਸੁਰ ਕੀਤੇ ਹੋਏ ਸਾਜ ਉੱਥੇ ਵਜਾਉਣ ਵਾਲੇ ਵਜਾ ਰਹੇ ਹਨ। ਕਮਾਂ ਕੰਬਲਾ ਨਾਇਕਾਂ ਉੱਥੇ ਨੱਚ ਰਹੀਆਂ ਨੇ। ਮ੍ਰਿਗ ਨੈਣੀ ਚੰਦਰਮੁਖੀ ਵਰਗੀਆਂ ਉੱਥੇ ਜਾਮ ਸਾਕੀ ਬਣ ਕੇ ਪਿਆ ਰਹੀਆਂ ਨੇ। ਤਖ਼ਤ ਤੇ ਬੈਠਾ ਹੋਇਆ ਰਾਜਾ ਸ਼ਿਵਨਾਗ, ਜਿਹਦੇ ਕੋਲੇ ਇੰਨਾ ਸੁੱਖ ਦਾ ਸਾਧਨ ਹੈ, ਇਹ ਜਿੰਨਾ ਪ੍ਰਬੰਧ ਹੈ ਸਿਰਫ ਉਹਦੇ ਮਨ ਨੂੰ ਸੁੱਖ ਦੇਣ ਵਾਸਤੇ, ਉਹਦੇ ਮਨ ਨੂੰ ਪਰਚਾਉਣ ਵਾਸਤੇ ਹੈ। ਪਰ ਫਿਰ ਵੀ ਉਹ ਕਿਸੇ ਡਾਢੇ ਗਨੀਮ ਦੇ ਫਿਕਰ ਦੇ ਵਿੱਚ ਬੈਠਾ ਹੈ ਕਿ ਉਹਨੇ ਮੇਰੇ ਤੇ ਹਮਲਾ ਕਰਨਾ ਹੈ। ਉਹਨੂੰ ਨੀਂਦ ਨਹੀਂ ਆ ਰਹੀ, ਉਹ ਕਰਵਟਾਂ ਬਦਲਦਾ ਪਿਆ ਹੈ। ਭਾਵੇਂ ਕਿ ਨਾਚ ਰਾਗ ਔਰ ਰੇਸ਼ਮੀ ਵਿਛਾਈ, ਰੇਸ਼ਮੀ ਗਦੇਲੇ, ਸੁਨਹਿਰੀ ਪਲੰਘ ਤੇ ਫੁੱਲਾਂ ਪੱਤੀਆਂ ਦੀ ਸੇਜ ਵੀ ਉਹਨੂੰ ਆਰਾਮ ਨਹੀਂ ਦੇ ਰਹੀ, ਇੰਨਾ ਪ੍ਰਬੰਧ ਕੀਤਾ ਹੋਇਆ। ਉਹਦੀ ਹਾਲਤ ਕਿੱਦਾਂ ਦੀ ਸੀ? ਇੱਕ ਅਦੀਬ ਨੇ ਬੜੇ ਸੋਹਣੇ ਬੋਲ ਲਿਖੇ ਨੇ, ਉਹ ਕਹਿੰਦਾ ਤੁਸੀਂ ਕਬਾਬ ਭੁੰਨਣ ਵਾਲੀ ਸੀਖ ਵੇਖੀ ਜਿਹਦੇ ਉੱਤੇ ਚਾੜ ਕੇ ਮਾਸ ਨੂੰ, ਮਾਸ ਦੀਆਂ ਬੋਟੀਆਂ ਨੂੰ, ਮਾਸ ਦੇ ਟੁਕੜਿਆਂ ਨੂੰ ਚਾੜ ਕੇ ਵਿੰਨ ਕੇ ਭੁੰਨਦੇ ਨੀ, ਜਿਵੇਂ ਕਬਾਬ ਭੁੰਨਣ ਵਾਲੀ ਸੀਖ ਦਾ ਹਾਲ ਹੁੰਦਾ ਨਾ, ਜੇ ਇਧਰੋਂ ਭੁੱਜ ਜੇ ਤੇ ਦੂਜਾ ਬੰਨਾ ਕਰ ਦੇ, ਦੂਜਾ ਬੰਨਾ ਭੁੱਜੇ ਤੇ ਪਹਿਲਾ ਬੰਨਾ ਕਰ ਦੇ। ਇਹ ਹਾਲਤ ਕਹਿੰਦੇ ਰਾਜੇ ਸ਼ਿਵਨਾਭ ਦੇ ਮਨ ਦੀ। ਉਸ ਅਦੀਬ ਦੇ ਬੜੇ ਸੋਹਣੇ ਬੋਲ ਨੇ, ਕਬਾਬੇ ਸੀਖ ਹਮ ਹੈ ਕਰਵਟੇ ਬਦਲਤੇ ਰਹਤੇ। ਸਾਡੀ ਹਾਲਤ ਕੀ ਹੈ ਵੀ ਹਰ ਸੂ ਕਰਵਟੇ ਬਦਲਤੇ ਹੈ, ਜਲ ਜਾਤਾ ਹੈ ਯਹ ਪਹਿਲੂ ਤੋ ਵੋ ਪਹਿਲੂ ਬਦਲਤੇ। ਇਹ ਹਾਲਤ ਕੱਲੀ ਰਾਜੇ ਸ਼ਿਵਨਾਭ ਦੇ ਮਨ ਦੀ ਨਹੀਂ ਆ, ਸਾਰੀ ਦੁਨੀਆਂ ਦੇ ਮਨ ਦੀ ਇਹੀ ਹਾਲਤ। ਹਰ ਪਾਸੇ ਤੋਂ ਬੰਦੇ ਨੂੰ ਸੇਕ ਹੀ ਸੇਕ ਹੈ, ਦੁੱਖ ਹੀ ਦੁੱਖ ਹੈ ਹਰ ਪਾਸੇ ਤੋਂ ਹੀ। ਸਾਰੇ ਜਾਣੇ ਉਂਗਣ ਲੱਗੇ, ਸੌਣ ਲੱਗੇ, ਅੱਧੀ ਰਾਤ ਟੁੱਟ ਚੁੱਕੀ ਸੀ। ਰਾਜੇ ਦਾ ਮਨ ਪਰਚਾਉਣਾ ਸੀ, ਪਰ ਨੱਚਣ ਵਾਲਿਆਂ ਦੇ ਹੁਣ ਤਾਲ ਜਿਹੜੇ ਸੀ ਨਾ ਉਹ ਉੱਕਣ ਲੱਗ ਪਏ, ਵਜਾਉਣ ਵਾਲਿਆਂ ਦੇ ਜਿਹੜੇ ਸਾਜ ਸੀ ਉਹਨਾਂ ਦੇ ਸੁਰ ਟੁੱਟਣ ਲੱਗ ਪਏ। ਸਾਕੀ ਜਿਹੜਾ ਜਾਮ ਪਿਆਉਂਦਾ ਸੀ ਤੇ ਪੀਣ ਵਾਲਿਆਂ ਦੇ ਜਾਮ ਹੱਥੋਂ
ਡਿੱਗਣ ਲੱਗ ਪਏ। ਜਦੋਂ ਸਾਰੀ ਸਭਾ ਊਂਘਣ ਲੱਗੀ, ਸੌਣ ਲੱਗੀ, ਅਖੀਰ ਸਾਰੇ ਸੌਂਗੇ ਪਰ ਰਾਜੇ ਸ਼ਿਵਨਾਭ ਨੂੰ ਨੀਂਦ ਨਾ ਆਈ। ਚਿੰਤਾ ਦੇ ਵਿੱਚ ਨੀਂਦ ਕੀ ਆਉਣੀ ਸੀ, ਅਖੀਰ ਉਹ ਸਮਾਂ ਹੋ ਗਿਆ ਚਿੰਤਾ ਵਿੱਚ ਜਿਹਨੂੰ ਮਹਾਰਾਜ ਕਹਿੰਦੇ ਭਿੰਨੀ ਰੈਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਐਸਾ ਸਮਾਂ ਪਹੁੰਚਿਆ। ਵੈਸੇ ਦਾਸ ਵਿਚਾਰ ਕਰਦਾ ਪਿਆ ਸੀ ਅੰਮ੍ਰਿਤ ਵੇਲੇ ਦੀ ਰਾਤ ਛੱਡ ਕੇ ਬਾਕੀ ਜਿੰਨਾ ਹਨੇਰਾ ਸਭ ਵਿਕਾਰ ਹੀ ਪੈਦਾ ਕਰਦਾ। ਸਿਰਫ ਜਿਹੜਾ ਅੰਮ੍ਰਿਤ ਵੇਲੇ ਦਾ ਹਨੇਰਾ ਵਾ ਇਹ ਕੁਝ ਬੰਦੇ ਦੇ ਮਨ ਨੂੰ ਸੁੱਖ ਦਿੰਦਾ ਹੈ, ਸ਼ਾਂਤੀ ਦਿੰਦਾ ਹੈ। ਬਾਕੀ ਹਨੇਰਾ ਸ਼ਾਮ 6 ਵਜੇ ਤੋਂ ਲੈ ਕੇ ਸਵੇਰ ਦੇ 3 ਵਜੇ ਤੱਕ ਵਿਕਾਰ ਹੀ ਪੈਦਾ ਕਰਦਾ। ਉਸ ਸਮੇਂ ਇੱਕ ਆਵਾਜ਼ ਆਈ ਜਿਹੜੀ ਬੜੀ ਰਸ ਵਾਲੀ ਸੀ। ਇਹਨੂੰ ਸਮਝ ਤੇ ਕੁਝ ਨਾ ਆਇਆ ਵੀ ਕੀ ਪੜ੍ਹਦਾ ਪਿਆ, ਪਰ ਆਵਾਜ਼ ਸੁਣ ਕੇ ਇਹਨੂੰ ਠੰਡ ਪਈ, ਸ਼ਾਂਤੀ ਆਈ ਤੇ ਬਾਹਰ ਖਲੋਤੇ ਪਹਿਰੇਦਾਰ ਨੂੰ ਆਵਾਜ਼ ਮਾਰ ਕੇ ਕਹਿੰਦਾ ਇਸ ਵੇਲੇ ਕੌਣ ਗਾਉਂਦਾ ਪਿਆ? ਕਹਿਣ ਲੱਗਾ ਸਰਕਾਰ ਇਸ ਸਮੇਂ ਹਜ਼ੂਰ ਦੇ ਹੁਕਮ ਨਾਲ ਜਿਹੜਾ ਨਵਾਂ ਕੈਦੀ ਕੈਦ ਖਾਨੇ 'ਚ ਸੁੱਟਿਆ ਹੈ ਉਹ ਗਾਉਂਦਾ ਪਿਆ। ਕਹਿੰਦਾ ਕਮਾਲ ਹੈ, ਕੈਦ ਖਾਨੇ ਵਿੱਚ ਤੇ ਵੱਡਿਆਂ ਵੱਡਿਆਂ ਨੂੰ ਦੁਨੀਆਂ ਭੁੱਲ ਜਾਂਦੀ, ਇਹਨੂੰ ਗੀਤ ਨਹੀਂ ਭੁੱਲੇ। ਕੈਦ ਖਾਨੇ ਵਿੱਚ ਤੇ ਬੰਦੇ ਨੂੰ ਆਪਣਾ ਪਰਿਵਾਰ ਭੁੱਲ ਜਾਂਦਾ ਹੈ, ਸਭ ਭੁੱਲ ਜਾਂਦੇ ਨੇ, ਫਿਰ ਵੀ ਗਾਉਂਦਾ ਹੈ। ਪੱਥਰਾਂ ਦਾ ਫਰਸ਼ ਹੋਵੇ, ਮੱਛਰਾਂ ਦਾ ਡੰਗ ਹੋਵੇ, ਹਨੇਰਾ ਹੀ ਹਨੇਰਾ ਕਾਲ ਕੋਠੜੀ ਤੇ ਚ ਫੇਰ ਵੀ ਗਾਵੇ, ਜਾਂ ਉਹਨੂੰ ਮੇਰੇ ਸਾਹਮਣੇ ਪੇਸ਼ ਕਰ, ਮੈਂ ਦੇਖਾਂ ਤੇ ਸਹੀ ਬੰਦਾ ਕੌਣ। ਰਾਜੇ ਸ਼ਿਵਨਾਭ ਨੇ ਇਕਾਦਸ਼ੀ ਦਾ ਵਰਤ ਨਾ ਰੱਖਣ ਕਰਕੇ ਭਾਈ ਮਨਸੁਖ ਨੂੰ ਕੈਦ ਚ ਪਾਇਆ ਸੀ ਵੀ ਇਹ ਵਰਤ ਨਹੀਂ ਰੱਖਦਾ ਇਕਾਦਸ਼ੀ, ਕਿਉਂ ਸਿੱਖ ਵਰਤ ਨਹੀਂ ਰੱਖਦਾ। ਉਹ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਸਿੱਖਾਂ ਦੀਆਂ ਬੀਬੀਆਂ ਵੀ ਪਰਿਵਾਰ ਵੀ ਪਤਾ ਨਹੀਂ ਘਰ ਵਾਲੇ ਨੂੰ ਖੁਸ਼ ਕਰਨ ਨੂੰ ਕਿ ਉਹੀ ਟੌਹਰ ਬਣਾਉਣ ਨੂੰ, ਵੀ ਮੈਂ ਆਪਦੇ ਘਰ ਵਾਲੇ ਦਾ ਬਹੁਤ ਫਿਕਰ ਕਰਦੀ ਹਾਂ ਤੇ ਵਰਤ ਰੱਖਣੇ, ਭੁੱਖੇ ਰਹਿਣਾ, ਇਹੋ ਜਿਹੀਆਂ ਗੱਲਾਂ ਸਿੱਖਾਂ ਦੇ ਵਿੱਚ ਵੀ ਅੱਜ ਸ਼ੁਰੂ ਹੋਈਆਂ ਨੇ। ਚੰਗੇ ਭਲੇ ਸ਼ਹਿਰਾਂ ਵਿੱਚ ਸਿੱਖਾਂ ਦੇ ਘਰੋਂ ਪਰਿਵਾਰ ਵਰਤਾਂ 'ਚ ਫਸ ਚੁੱਕੇ। ਭਾਵੇਂ ਕਿ ਬਾਣੀ ਦੀ ਬੜੀ ਵੱਡੀ ਮਨਾਈ ਹੈ, ਗਦ ਹੀ ਹੋਏ ਕੇ ਔਤਰੇ ਭਾਰ ਸਹੇ ਮਨ ਚਾਰ, ਜਿਹੜੀ ਔਰਤ ਵਰਤ ਰੱਖਦੀ ਹੈ ਉਹਦੀ ਜੂਨ ਕਹਿੰਦੇ ਬੜੀ ਬੁਰੀ ਪ੍ਰਾਪਤ ਹੁੰਦੀ ਹੈ। ਗਦਹੀ ਦੀ ਜੂਨ ਮਿਲੇ ਉਹਨੂੰ ਤੇ ਚਾਰ ਮਣ ਕਹਿੰਦੇ ਸਿਰ ਤੇ ਭਾਰ ਚੁੱਕ, ਆਪਦੇ ਪਿੱਠ ਤੇ ਭਾਰ ਚੁੱਕ ਜਿਹੜਾ ਵਰਤ ਰੱਖੇ, ਬਾਣੀ ਕਹਿੰਦੀ। ਫਿਰ ਪਤਾ ਨਹੀਂ ਕਮਾਲ ਹੀ ਹੈ ਬਈ, ਚੰਦਰਮਾ ਵੇਖਣਾ ਵਾ ਤੇ ਬੰਦਾ ਪੁੱਛੇ ਵੀ ਚਲੋ ਦੇਖ ਲਓ, ਫਿਰ ਉਹ ਦੇਖਦੀਆਂ ਵੀ ਛਾਨਣੀ ਥਾਣੀ ਆ, ਛਾਨਣੀ ਥਾਣੀ। ਬੰਦਾ ਪੁੱਛੇ ਵੀ ਜੇ ਤੇਰੀ ਨਿਗਾਹ ਘੱਟ ਆ ਤੂੰ ਡਾਕਟਰ ਤੋਂ ਐਨਕਾਂ ਲਵਾ ਲਾ, ਇਹ ਛਾਨਣੀ ਥਾਣੀ ਨਿਗਾਹ ਕਿੱਦਾਂ ਵੱਧ ਜੂਗੀ ਤੇਰੀ, ਇਹ ਨਹੀਂ ਮੈਨੂੰ ਗੱਲ
ਸਮਝ ਆਈ ਵੀ ਛਾਨਣੀ ਥਾਣੀ ਵੇਖਣ ਦਾ ਕੀ ਮਹਾਤਮ ਆ, ਵੀ ਜੇ ਨਿਗਾਹ ਘੱਟ ਆ ਤਾਂ ਤੂੰ ਐਨਕਾਂ ਲਵਾ ਲਾ ਜਾ ਕੇ ਡਾਕਟਰ ਕੋਲ। ਤਾਂ ਉਹਨੇ ਵਰਤ ਨਹੀਂ ਰੱਖਿਆ, ਇਸ ਕਰਕੇ ਉਹਨੂੰ ਕੈਦ ਖਾਨੇ ਦੇ ਵਿੱਚ ਸੁੱਟ ਦਿੱਤਾ। ਹੁਣ ਕੈਦ ਖਾਨੇ ਵਿੱਚ ਹਾਜ਼ਰ ਕੀਤਾ, ਇਹ ਦਵੈਸ਼ ਦਾ ਭਰਿਆ ਜਿਹੜਾ ਸ਼ਿਵਨਾਭ ਸੀ, ਭਾਈ ਮਨਸੁਖ ਨੂੰ ਦੇਖਦਿਆਂ ਸਾਰ ਹੀ ਇਹਦੇ ਮਨ ਨੂੰ ਸੁੱਖ ਪ੍ਰਾਪਤ ਹੋਇਆ, ਦੇਖਦਿਆਂ ਸਾਰ। ਤੇ ਹੱਥ ਜੋੜ ਕੇ ਕੀ ਆਖਿਆ ਸੀ ਕਿ ਕੀ ਨਾਂ ਹੈ ਤੁਹਾਡਾ? ਕਹਿੰਦੇ ਜੀ ਮਨਸੁਖ। ਕਹਿੰਦਾ ਮੇਰਾ ਰਾਜ ਲੈ ਲਾ, ਪਰ ਮੈਨੂੰ ਵੀ ਮਨ ਦਾ ਸੁੱਖ ਦੇ ਦੇ, ਮਨ ਦੀ ਸ਼ਾਂਤੀ ਦੇ ਦੇ। ਬਾਣੀ ਕਹਿੰਦੀ ਹੈ, ਬੜਾ ਸੋਹਣਾ ਪਹਿਲੂ ਬਣ ਗਿਆ ਇੱਥੇ, ਬੜੀ ਸੋਹਣੀ ਦਲੀਲ ਬਣ ਗਈ, ਸਿੱਖ ਕੌਣ ਆ ਜਿਹੜਾ ਮਨ ਸੁੱਖ ਆ? ਗੁਰਬਾਣੀ ਕਹਿੰਦੀ ਹੈ ਜੇ ਮਨ ਦਾ ਸੁੱਖ ਲੈਣਾ ਹੈ ਤਾਂ ਜਿਹੜੇ ਸਾਧਨ ਤੂੰ ਸਾਰੇ ਸੁੱਖ ਦੇ ਮੰਨੇ ਨੇ, ਜਵਾਨੀ, ਅਰੋਗਤਾ, ਵਿਸ਼ੇ, ਵਕਾਰ, ਇਹ ਕਿਸੇ ਸਾਧਨ ਦੇ ਵਿੱਚ ਵੀ ਸੁੱਖ ਨਹੀਂ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ ਕਮਾਏ। ਸੁੱਖ ਕਿਹਦੇ ਵਿੱਚ ਆ? ਤਾਂ ਮਹਾਰਾਜ ਕਹਿੰਦੇ ਸਰਬ ਸੁਖਾ ਹਰ ਹਰ ਗੁਣ ਗਾਏ। ਜਿੰਨਾ ਸੁੱਖ ਹੈ ਇਹ ਸਾਰਾ ਸ਼ਬਦ ਦੇ ਵਿੱਚ, ਸ਼ਬਦ ਦਾ ਅੱਗੇ ਰੂਪ ਭਾਵੇਂ ਕੀਰਤਨ ਹੋਵੇ, ਸ਼ਬਦ ਦਾ ਅੱਗੇ ਰੂਪ ਭਾਵੇਂ ਕਥਾ ਹੋਵੇ, ਸ਼ਬਦ ਦਾ ਅੱਗੇ ਰੂਪ ਭਾਵੇਂ ਨਾਮ ਦਾ ਅਭਿਆਸ ਹੋਵੇ। ਮਨ ਦੀ ਇਕਾਗਰਤਾ ਜਿਹਦੇ ਨਾਲ ਸਿੱਧ ਹੁੰਦੀ ਹੈ, ਸ਼ਬਦ ਦਾ ਰੂਪ ਭਾਵੇਂ ਗੁਰਬਾਣੀ ਦਾ ਪਾਠ ਹੋਵੇ, ਇਹ ਸਾਰੇ ਸ਼ਬਦ ਦੇ ਸਰੂਪ ਹੀ ਨੇ। ਪਰ ਕਈ ਵਾਰੀ ਸਵਾਲ ਪੈਦਾ ਹੋ ਜਾਂਦਾ ਹੈ ਵੀ ਸ਼ਬਦ ਗੁਰੂ ਕੇ ਪਵਣ ਗੁਰੂ, ਕਈ ਵਾਰੀ ਭੁਲੇਖਾ ਪੈ ਜਾਂਦਾ ਵੀ ਸ਼ਬਦ ਗੁਰੂ ਕੇ ਪਵਣ ਗੁਰੂ। ਕਿਉਂ ਇੱਕ ਜਗ੍ਹਾ ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇੱਕ ਜਗ੍ਹਾ ਮਹਾਰਾਜ ਕਹਿੰਦੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਇੱਕ ਜਗ੍ਹਾ ਦਸਵੇਂ ਪਾਤਸ਼ਾਹ ਕਹਿੰਦੇ ਨੇ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ। ਹੁਣ ਇੱਥੇ ਤਿੰਨ ਗੁਰੂ ਹੋ ਗਏ, ਸਿੱਖਾਂ ਚ ਕਿਹੜਾ ਗੁਰੂ ਹੈ ਸਿੱਖਾਂ ਦਾ? ਚਲੋ ਸ਼ਬਦ ਤੋਂ ਤੇ ਸਮਝ ਆਈ ਵੀ ਗਿਆਨ, ਸ਼ਬਦ ਕਹਿ ਲਓ ਗਿਆਨ ਕਹਿ ਲਓ, ਗੱਲ ਤਾਂ ਇੱਕ ਹੀ ਆ। ਜਿਹੜਾ ਪਵਣ ਗੁਰੂ ਆ, ਇਹ ਬੜਾ ਵੱਡਾ ਸਵਾਲ ਕਈ ਵਾਰੀ ਖੜਾ ਹੋ ਜਾਂਦਾ। ਕਿਉਂ ਜਿਹੜੇ ਯੋਗੀ ਲੋਕ ਨੇ ਉਹ ਪਵਨ ਦੀ ਮਹਾਨਤਾ ਬੜੀ ਮੰਨਦੇ ਨੇ, ਕਿਉਂਕਿ ਪਵਨ ਮੈਨੇ ਸਵਾਸ, ਦਸਮ ਦਵਾਰ ਚ ਚੜਨਗੇ ਤੇ ਗੱਲ ਬਣੂਗੀ, ਇਸ ਕਰਕੇ ਯੋਗੀਆਂ ਹੀ ਤੇ ਪਵਨ ਗੁਰੂ ਹੀ ਆ। ਪਰ ਸਿੱਖਾਂ ਵਿੱਚ ਹਵਾ ਗੁਰੂ ਆ, ਸਿੱਖਾਂ ਦੀ ਸਵਾਸ ਗੁਰੂ ਆ। ਤਾਂ ਇੱਥੇ ਤੁਹਾਨੂੰ ਗੁਰੂ ਦਾ ਅਰਥ ਦੂਜਾ ਕਰਨਾ ਪਊਗਾ। ਆ ਕਈ ਸੱਜਣ ਮੇਰੇ ਵੀਰ ਕਹਿ ਦਿੰਦੇ ਨਾ ਜੀ ਗੁਰਬਾਣੀ ਦਾ ਇੱਕ ਅਰਥ ਹੀ ਕਰਨਾ, ਹੁਣ ਇੱਥੇ ਕਰੋ ਗੁਰੂ, ਜੇ ਗੁਰੂ ਕਰੋਗੇ ਨਾ ਗੁਰੂ ਦਾ ਅਰਥ, ਤੇ ਗੁਰੂ ਕਰੋਗੇ ਜਿਵੇਂ ਗੁਰੂ ਗ੍ਰੰਥ ਸਾਹਿਬ, ਇੱਥੇ ਮਰਾਂਗੇ ਸਾਰੇ ਵੀ ਸਿੱਖਾਂ ਦੇ ਗੁਰੂ ਤੇ ਹਵਾ ਵਾ। ਇੱਥੇ ਗੁਰੂ ਦਾ ਅਰਥ ਕਰਨਾ ਪਊਗਾ ਵੱਡਾ, ਕਿਉਂ ਸੰਸਕ੍ਰਿਤ ਦੇ ਮੁਤਾਬਕ ਜਿਹੜਾ ਗੁਰੂ ਸ਼ਬਦ ਆ ਇਹਦਾ ਅਰਥ, ਕਈ ਅਰਥ ਉਹਨਾਂ ਨੇ ਕੀਤੇ ਨੇ। ਗਰੀ ਧਾਤੂ ਤੋਂ ਬਣਦਾ, ਗਰੀ ਇਹਦਾ ਬੀਜ ਆ,
ਤੇ ਗਰੀ ਧਾਤੂ ਦਾ ਅਰਥ ਹੋਣਾ ਨਿਕਲ ਜਾਣਾ, ਖਾ ਜਾਣਾ, ਜਾਂ ਗਰੀ ਦਾ ਅਰਥ ਹੁੰਦਾ ਵੱਡਾ। ਹੁਣ ਇੱਥੇ ਆਪਾਂ ਨੂੰ ਇਹ ਦੋ ਅਰਥ ਲੈਣੇ ਪੈਣਗੇ। ਗੁਰੂ ਦਾ ਅਰਥ ਕੀ ਆ? ਹਨੇਰੇ ਵਿੱਚ ਚਾਨਣ ਕਰਨ ਵਾਲਾ। ਦੱਸੋ ਭਲਾ ਹਨੇਰੇ ਚ ਜੇ 100 ਚੰਦਾ ਉਗਵੈ ਸੂਰਜ ਚੜੇ 1000, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾ। ਤੇ ਜੇ ਇੱਥੇ ਤੁਸੀਂ ਕੱਲਾ ਗੁਰੂ ਦਾ ਅਰਥ ਉਹ ਗੁਰੂ ਕਰਤਾ ਨਾ ਜਿਹਨੂੰ ਮੱਥਾ ਟੇਕਦੇ ਆ, ਜਿਹੜੀ ਬਾਣੀ ਪੜ੍ਹਦੇ ਆ, ਤੇ ਹਵਾ ਤੇ ਸਾਰਿਆਂ ਅੰਦਰ ਹੀ ਚੱਲੀ ਜਾਂਦੀ, ਫਿਰ ਬ੍ਰਹਮ ਗਿਆਨੀ ਬਣ ਗਏ ਤੁਸੀਂ? ਸਵਾਸ ਤੇ ਸਾਰਿਆਂ ਅੰਦਰ ਚੱਲਦੇ ਪਏ, ਫਿਰ ਰੱਬ ਬਣ ਗਏ ਹੁਣ? ਹਵਾ ਜਿਹੜੀ ਆ ਇਹ ਪ੍ਰਕਾਸ਼ ਨਹੀਂ ਕਰ ਸਕਦੀ ਮਨ ਦੇ ਹਨੇਰੇ ਚ। ਜਿੱਦਾਂ ਬਾਹਰਲਾ ਸੂਰਜ ਚਾਨਣ ਕਰ ਸਕਦਾ ਬਾਹਰਲੀ ਦੁਨੀਆ ਚ, ਪਰ ਮਨ ਦੇ ਵਿੱਚ ਨਹੀਂ ਕਰ ਸਕਦਾ। ਬਾਹਰਲਾ ਚੰਦਰਮਾ ਚਾਨਣ ਕਰ ਸਕਦਾ, ਬਾਹਰ ਤੇਰੇ ਮਨ ਚ ਅਜੇ ਤੱਕ ਚੰਦਰਮਾ ਨੇ ਚਾਨਣ ਕੀਤਾ? ਆ ਕਿੰਨੀਆਂ ਲਾਈਟਾਂ ਲੱਗੀਆਂ ਨੇ ਇੱਥੇ, ਕਿੰਨਾ ਪ੍ਰਕਾਸ਼ ਆ ਗੁਰਦੁਆਰੇ ਚ, ਪਰ ਇਹ ਬਾਹਰਲਾ ਪ੍ਰਕਾਸ਼ ਮਨ ਚ ਪ੍ਰਕਾਸ਼ ਨਹੀਂ ਕਰਦਾ। ਮਨ ਦੇ ਵਿੱਚ ਕੌਣ ਪ੍ਰਕਾਸ਼ ਕਰਦਾ ਹੈ? ਗੁਰੂ ਦਾ ਗਿਆਨ। ਇਸ ਕਰਕੇ ਹਵਾ ਤੇ ਸਾਰੀ ਦੁਨੀਆਂ ਚ ਹੀ ਚੱਲੀ ਜਾਂਦੀ, ਉਹ ਤੇ ਮੱਝਾਂ ਚ ਵੀ ਸਵਾਦ ਚੱਲੀ ਜਾਂਦੇ। ਹੁਣ ਮੱਝਾਂ ਨੂੰ ਬ੍ਰਹਮ ਗਿਆਨੀ ਨਾ ਬਣਾ ਦਿਓ, ਜਾਂ ਕਈ ਤੇ ਫਿਰ ਸੱਪਾਂ ਦੀ ਪੂਜਾ ਕਰੀ ਜਾਂਦੇ, ਉਹਨਾਂ ਸੱਪਾਂ ਨੂੰ ਬਾਬੇ ਬਣਾਇਆ ਨਾ। ਬਾਬਾ ਇੱਛਾਧਾਰੀ ਲਿਖਿਆ ਹੁੰਦਾ ਆਪਣੇ ਪੰਜਾਬ ਚ, ਮੋੜ ਤੇ ਬੋਰਡ ਲੱਗਾ ਹੁੰਦਾ, ਸਾਈਨ ਬੋਰਡ, ਇੱਧਰ ਬਾਬਾ ਇੱਛਾਧਾਰੀ, ਜਾ ਕੇ ਵੇਖੀ ਦਾ ਕੌਣ ਸੱਪ ਬਣਿਆ ਹੁੰਦਾ, ਉਹ ਵੀ ਸੀਮਿੰਟ ਦਾ, ਵੀ ਤੂੰ ਅਸਲੀ ਲੈ ਆ, 2000 ਖਰਚ ਲਾ, ਕੀ ਫਰਕ ਪੈਂਦਾ, ਕਿਸੇ ਜੋਗੀ ਨੂੰ 5000 ਦੇ ਦੂੰਗਾ ਤੇ। ਤਾਂ ਇਸ ਕਰਕੇ ਪਵਨ ਗੁਰੂ ਕੇ ਸ਼ਬਦ ਗੁਰੂ। ਇੱਥੇ ਫਿਰ ਗੁਰੂ ਦਾ ਅਰਥ ਕੀ ਕਰਾਂਗੇ? ਇੱਥੇ ਗੁਰੂ ਦਾ ਅਰਥ ਹੈ ਵੱਡਾ। ਸਰੀਰ ਦੇ ਵਿੱਚ ਸਭ ਤੋਂ ਵੱਡਾ ਕੌਣ ਆ ਜੀ, ਦੱਸੋ? ਇੱਕ ਮੈਂ ਦਲੀਲ ਦਿੰਦਾ ਵਾਂ, ਜੇ ਬੰਦੇ ਦੀਆਂ ਅੱਖਾਂ ਅੰਨੀਆਂ ਹੋ ਜਾਣ, ਬੰਦਾ ਮਰੂਗਾ ਕਿ ਜ਼ਿੰਦਗੀ ਜਿਉਂ ਸਕਦਾ, ਜਿਉਂਦਾ ਰਹੂਗਾ? ਅੰਨੇ ਬੰਦੇ ਜਿਉਂਦੇ ਨਹੀਂ ਰਹਿੰਦੇ, ਰਹਿੰਦੇ। ਜੇ ਬੰਦੇ ਦੇ ਕੰਨ ਮਾਰੇ ਜਾਣ, ਬੰਦਾ ਜਿਉਂਦਾ ਰਹਿੰਦਾ ਕਿ ਮਰਦਾ? ਜਿਉਂਦਾ ਰਹਿੰਦਾ ਕਿ ਮਰਦਾ? ਬੋਲੋ ਬਈ, ਜਿਉਂਦਾ ਰਹਿੰਦਾ ਕਿ ਮਰ? ਜਿਉਂਦਾ। ਜੇ ਹੱਥ ਵੱਢੇ ਜਾਣ, ਲੱਤਾਂ ਸਾਹ ਦੇ ਦੇਣ, ਜਿਉਂਦਾ ਰਹਿੰਦਾ ਕਿ ਮਰਦਾ? ਸਭ ਕੁਝ ਹੋ ਜੇ ਤਾਂ ਵੀ ਜਿਉਂਦਾ ਰਹਿੰਦਾ ਵਾ, ਪਰ ਇੱਕ ਵਾਰੀ ਸਵਾਸ ਨਿਕਲ ਕੇ ਫਿਰ ਅੱਖਾਂ ਵੀ ਹੋਣ ਤਾਂ ਵੀ ਜਿਉਂਦਾ ਨਹੀਂ, ਕੰਨ ਵੀ ਹੋਣ ਤਾਂ ਵੀ ਜਿਉਂਦਾ ਨਹੀਂ, ਪੈਰ ਵੀ ਹੋਣ ਤਾਂ ਵੀ ਤੁਰਦਾ ਨਹੀਂ, ਹੱਥ ਵੀ ਹੋਣ ਤਾਂ ਵੀ ਕਰਦਾ ਨਹੀਂ। ਤਾਂ ਸਾਰੇ ਸਰੀਰ ਵਿੱਚੋਂ ਅੱਖਾਂ ਨਾਲੋ, ਨੱਕ ਨਾਲੋ, ਕੰਨ ਨਾਲੋ ਕੌਣ ਵੱਡਾ ਵਾ? ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਪਵਨ ਗੁਰੂ। ਸਰੀਰ ਵਿੱਚੋਂ ਵੱਡਾ ਕੌਣ ਆ? ਪੌਣ ਵੱਡਾ ਵਾ। ਇੰਨਾ ਫਰਕ ਪੈ ਜਾਂਦਾ ਜੇ ਅਰਥਾਂ ਦਾ ਨਾਂ ਪਤਾ ਹੋਵੇ, ਤੇ ਪਤਾ ਨੀ ਕਿੱਦਾਂ ਕਹੀ ਜਾਂਦੇ ਵੀ ਇੱਕ ਅਰਥ ਨਾਲ ਹੀ ਕੰਮ ਚਲਾ ਲਾਂਗੇ, ਮਹਾਰਾਜ ਜਾਣੇ ਚਲਾ ਸਕਦੇ ਹਾਂ। ਤਾਂ ਜਿੰਨਾ ਸੌਖਾ ਸੰਸਾਰ ਦੇ ਵਿੱਚ ਇਹ ਸਾਰਾ ਹੀ ਮਹਾਰਾਜ ਕਹਿੰਦੇ ਤਾਂ ਪ੍ਰਾਪਤ ਹੋ ਸਕਦਾ ਜੇ ਸ਼ਬਦ ਦੀ ਕਮਾਈ ਹੋਵੇ। ਸ਼ਬਦ ਗੁਰੂ ਦੇ ਲੜ ਲੱਗੇ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ,
ਕਿਰਪਾ ਕਰ ਰਹੇ ਹਨ। ਕੱਲ ਬੜਾ ਸੋਹਣਾ ਪ੍ਰਕਰਣ ਚੱਲ ਪਿਆ ਸੀ, ਪਰ ਚੱਲਿਆ ਸਮਾਪਤੀ ਤੇ ਜਾ ਕੇ ਸੁਪਨੇ ਦਾ। ਕਈ ਵਾਰੀ ਰੱਬ ਸੁਪਨੇ ਚ ਵੀ ਕਿਰਪਾ ਕਰਦਾ। ਆਮ ਬੰਦੇ ਨੇ ਜੇ ਸੌਣਾ ਹੋਵੇ, ਆਮ ਬੰਦਾ ਸੁੱਤਾ ਹੋਵੇ, ਤਾਂ ਮਹਾਰਾਜ ਕਹਿੰਦੇ ਪਸ਼ੂ ਆ। ਮਹਾਰਾਜ ਕੀ ਕਹਿੰਦੇ ਆ? ਪਸ਼ੂ ਆ, ਪੇਟ ਭਰੇ ਪਸ਼ੂਆ ਜਿਉਂ ਸੋਇਓ। ਤੇ ਜੇ ਗੁਰਸਿੱਖ ਸੁੱਤਾ ਹੋਵੇ, ਨਾਮ ਜਪਣ ਵਾਲਾ ਸੁੱਤਾ ਹੋਵੇ, ਉਹਨੂੰ ਪਤਾ ਕੀ ਕਹਿੰਦੇ? ਕਿਆ ਸਵੜਾ ਕਿਆ ਜਾਗਣਾ ਗੁਰਮੁਖ ਤੇ ਪਰਵਾਨਾ। ਉਹਦੀ ਨੀਂਦ ਵੀ ਸੁਭਾਗੀ ਆ। ਆਓ ਸੁਭਾਗੀ ਨੀਂਦੜੀਏ, ਮਤ ਸੌ ਦੇਖਾਂ ਸੋਏ। ਗੁਰੂ ਦੇ ਵਿੱਚ ਬੜੀ ਮਹਾਨਤਾ ਹੈ। ਭਾਈ ਸਾਹਿਬ ਭਾਈ ਆਨੰਦ ਲਾਲ ਸਿੰਘ ਜੀ ਕਹਿੰਦੇ ਹਨ ਕਿ ਹੇ ਮਹਾਰਾਜ, ਮੇਰੇ ਤੇ ਕਿਰਪਾ ਕਰ, ਜ਼ਕ ਨਿਗਾਹੇ, ਇੱਕ ਵਾਰੀ ਮੈਨੂੰ ਨਿਗਾਹ ਭਰ ਕੇ ਦੇਖ, ਇੱਕ ਵਾਰੀ, ਬਸ ਇੱਕ ਵਾਰੀ। ਤੇਰੀ ਇੱਕ ਨਿਗਾਹ ਨੇ ਹੀ ਮੈਨੂੰ ਉਤਾਰ ਦੇਣਾ, ਇੱਕ ਵਾਰੀ ਕਿਰਪਾ ਕਰ ਮੇਰੇ ਤੇ, ਭਾਵੇਂ ਪ੍ਰਤੱਖ ਕਰ ਤੇ ਭਾਵੇਂ ਸੁਪਨੇ ਚ ਕਰ, ਜਿੱਦਾਂ ਮਰਜ਼ੀ ਕਰ। ਜੇ ਪ੍ਰਤੱਖ ਦੀ ਗੱਲ ਕਰੀਏ ਤੇ ਕੌਡੇ ਰਾਕਸ਼ ਨੂੰ ਇੱਕ ਨਿਗਾਹ ਪਾਈ ਸੀ, ਜਿਹੜਾ ਰਾਕਸ਼ ਬੰਦਾ ਖਾ ਜਾਂਦਾ ਸੀ। ਰਾਕਸ਼ ਕਿਹਨੂੰ ਕਹਿੰਦੇ? ਬੰਦੇ ਖਾਣ ਵਾਲੇ, ਬੰਦੇ ਲੁੱਟਣ ਵਾਲੇ। ਹੋਰ ਕਿਸੇ ਦੇ ਸਿਰ ਤੇ ਸਿੰਘ ਥੋੜੀ ਲੱਗੇ ਹੁੰਦੇ ਆ ਵੀ ਤਾਂ ਨੂੰ ਜਾਂਦੇ, ਉਹ ਤੇ ਨਾਟਕ ਬਣਾਉਂਦੇ ਡਰਾਉਣ ਵਾਸਤੇ। ਉਹ ਤਾਂ ਸੀਰੀਅਲ ਹੁੰਦੇ, ਸੀਰੀਅਲ ਚ ਏਦਾਂ ਦੇ ਨਾਟਕ, ਰਾਕਸ਼ਸ ਹੁੰਦੇ। ਅਸਲੀ ਰਾਕਸ਼ ਮਾਰੇ ਬੰਦੇ ਖਾਣਾ, ਆਦਮ ਖਾਣਾ। ਇੱਕ ਨਿਗਾਹ ਪਾ ਕੇ ਕੌਡੇ ਰਾਕਸ਼ ਨੂੰ ਕੌਡਾ ਸੰਤ ਬਣਾਤਾ ਸੀ, ਜਿਹੜਾ ਬੰਦੇ ਫੜ ਫੜ ਖਾਂਦਾ ਸੀ, ਜਿਉਂਦੇ ਤਲ ਕੇ ਖਾ ਜਾਂਦਾ ਸੀ। ਉਹ ਪਾਣੀ ਭਰ ਕੇ ਲਿਆਉਂਦਾ ਸੀ ਜਿੱਥੇ ਸੰਗਤ ਚਰਨ ਧੋਂਦੀ ਨਾ, ਜਿਵੇਂ ਬਾਹਰ ਆਪਾਂ ਧੋਂਦੇ, ਉੱਥੇ ਚਰਨ ਧਵਾ ਕੇ ਸੇਵਾ ਕਰਦਾ ਸੀ ਸੰਗਤ, ਜਿਹੜਾ ਬੰਦੇ ਖਾਣਾ ਆਉਣਾ ਸੀ। ਹੈਰਾਨੀ ਦੀ ਗੱਲ ਆ, ਇੱਕ ਸ਼ਬਦ ਸੁਣਿਆ ਸੀ ਸੱਜਣ ਠੱਗ ਨੇ, ਆਪਾਂ ਉਹਨੂੰ ਠੱਗ ਕਹਿੰਦੇ ਹਾਂ, ਪਰ ਕਮਾਲ ਆ ਬਈ, ਉਹਨੇ ਤੇ ਇੱਕ ਸ਼ਬਦ ਸੁਣਿਆ ਸੀ, ਉਹਦੀ ਜ਼ਿੰਦਗੀ ਪਲਟ ਗਈ। ਸਾਨੂੰ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਸੁਣਦੇ। ਇੱਥੋਂ ਪਤਾ ਲੱਗਦਾ ਵੀ ਅਜੇ ਤੇਰੀ ਕਿਰਪਾ ਨਹੀਂ, ਅਜੇ ਤੇਰੀ ਕਿਰਪਾ ਨਹੀਂ। ਇੱਕ ਸ਼ਬਦ ਸੁਣਿਆ ਤੇ ਸੱਜਣ ਜਿਹੜਾ ਠੱਗ ਸੀ ਉਹ ਸੰਤ ਉਹਨੇ ਬਣਿਆ, ਅਸਲੀ ਸੱਜਣ ਬਣਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਸੁਖਮਣੀ ਸਾਹਿਬ ਕਹਿੰਦੇ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਦੀ ਨਿਗਾਹ ਵਿੱਚ ਅੰਮ੍ਰਿਤ ਹੁੰਦਾ, ਜਿੱਥੇ ਉਹ ਨਿਗਾਹ ਪਾਉਂਦਾ ਉਹਦਾ ਅਸਰ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬ੍ਰਹਮ ਗਿਆਨੀ ਬਣਾਉਣ ਵਾਲੇ ਆ। ਬ੍ਰਹਮ ਗਿਆਨੀ ਤੇ ਬੜਾ ਛੋਟਾ, ਗੁਰੂ ਗੋਬਿੰਦ ਸਿੰਘ ਦੇ ਪੈਰਾਂ ਦੇ ਬਰਾਬਰ ਵੀ ਨਹੀਂ ਹੋਊਗਾ। ਅੰਤਰ ਆਤਮੇ ਭਾਵੇਂ ਇੱਕ ਰੂਪ ਹੋਵੇ ਤਾਂ, ਪਰ ਮਹਾਰਾਜ ਦੀ ਨਿਗਾਹ ਵੇਖੋ, ਇੱਕ ਮਾਰਨ ਆਉਂਦਾ ਮਹਾਰਾਜ ਨੂੰ, ਉਹ ਕਹਿੰਦਾ ਮੈਂ ਜਿਉਂਦੇ ਨੇ ਫੜ ਕੇ ਬਾਹਾਂ ਬੰਨ ਕੇ ਖੜਨਾ ਦਸਵੇਂ ਪਾਤਸ਼ਾਹ। ਤੇ ਤੁਹਾਨੂੰ ਪਤਾ ਫਿਰ ਕੈਦੀ ਨਾਲ ਸਲੂਕ ਕਿੱਦਾਂ ਦਾ ਹੁੰਦਾ। ਧੰਨ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀ ਸਲੂਕ ਕੀਤਾ ਗਿਆ ਸੀ, ਜਾਂ ਫਿਰ ਮੈਂ ਸਿਰ ਵੱਢ ਕੇ ਖੜਨਾ ਵਾਂ। ਪਰ ਇੱਕ ਅਰਦਾਸ ਉਹਦੀ ਭੈਣ ਦੀ, ਉਹ ਦਸਵੇਂ ਪਾਤਸ਼ਾਹ ਕੋਲੇ ਪਹੁੰਚ ਗਈ। ਸਾਡੀ ਪਹੁੰਚਦੀ ਨਹੀਂ ਹੈ,
ਉਹਦੀ ਪਹੁੰਚ ਗਈ। ਬਸ ਇੱਕ ਨਿਗਾਹ ਮਾਰੀ, ਉਹ ਸੈਦ ਖਾਂ ਸਾਧ ਹੋ ਗਿਆ ਜਿਹੜਾ ਮਾਰਨ ਆਇਆ ਸੀ ਮਹਾਰਾਜ। ਧੰਨ ਭਾਈ ਨੰਦ ਲਾਲ ਸਾਹਿਬ ਕਹਿੰਦੇ ਮੇਰੇ ਤੇ ਤਰਸ ਕਰਕੇ ਇੱਕ ਵਾਰੀ ਵੇਖ ਤੇ ਸਹੀ, ਇੱਕ ਨਿਗਾਹ ਤੇ ਪਾ ਮੇਰੇ ਤੇ ਆਪਣੇ। ਕਮਾਲ ਦੀ ਗੱਲ ਇਹ ਆ, ਹਜ਼ਰਤ ਮੁਹੰਮਦ ਸਾਹਿਬ ਜੇ ਲੱਭਣ ਜਾਈਏ ਨਾ ਤੇ ਸ਼ੁਭ ਗੁਣ ਹਰੇਕ ਧਰਮ ਚੋਂ ਲੱਭਦੇ। ਤੇ ਇੱਕ ਹੋਰ ਵੀ ਬੇਨਤੀ ਕਰਾਂ, ਜੇ ਔਗਣ ਲੱਭਣ ਤੁਰ ਪਈਏ ਫਿਰ ਮਨ ਏਦਾਂ ਦਾ ਬਣ ਜਾਂਦਾ, ਹਰ ਗੱਲ ਚੋਂ ਹੀ ਔਗਣ ਕੱਢ ਲੈਂਦਾ, ਹਰ ਗੱਲ ਦੇ ਵਿੱਚ ਔਗਣ ਕੱਢਦਾ। ਇਹ ਸੁਭਾਅ ਹੁਣ ਦੇਖ ਲੈਣਾ ਚਾਹੀਦਾ ਵੀ ਕਿੱਦਾਂ ਦਾ ਬਣਾਉਣਾ, ਗੁਣ ਗ੍ਰਹਿਣ ਕਰਨੇ ਕਿ ਔਗਣ। ਮਹਾਰਾਜ ਤੇ ਕਹਿੰਦੇ ਸਾਂਝ ਕਰੀਚੈ ਗੁਣੇ ਕੇਰੀ ਸ਼ਾਡ ਅਵਗਣ ਛੱਲੀਏ। ਹਜ਼ਰਤ ਮੁਹੰਮਦ ਸਾਹਿਬ ਖਲੀਫਾ ਉਮਰ ਜਿਹੜਾ ਬਾਅਦ ਦੇ ਵਿੱਚ ਖਲੀਫਾ ਹੋਇਆ, ਉਹ ਕਹਿੰਦਾ ਸੀ ਇਹ ਕੌਣ ਆ ਜਿਹੜਾ ਸਾਡੇ ਧਰਮ ਨੂੰ ਮੇਟਣ ਆ ਗਿਆ। ਉਹਨੇ ਘਰੋਂ ਤਲਵਾਰ ਚੁੱਕੀ ਵੀ ਮੈਂ ਇਹਨੂੰ ਮਾਰਨਾ ਵਾ, ਇਹਨੂੰ ਵੱਢਣਾ ਵਾ, ਇਹਦੇ ਟੋਟੇ ਕਰਕੇ ਖਲਾਰਨੇ, ਲੋਕਾਂ ਨੂੰ ਵਿਖਾਉਣਾ। ਇੰਨੇ ਕ੍ਰੋਧ ਦਾ ਭਰਿਆ ਜਾ ਰਿਹਾ ਵਾ, ਪਰ ਜਦੋਂ ਉਹਨਾਂ ਦੀ ਜ਼ੱਕ ਨਿਗਾਹ ਇੱਕ ਨਿਗਾਹ ਪਈ, ਉਹ ਤਲਵਾਰ ਲੈ ਕੇ ਗਿਆ ਸੀ, ਉਹ ਚਰਨਾਂ ਚ ਰੱਖ ਕੇ ਪੈਰ ਹੀ ਚੁੰਮਣ ਲੱਗ ਪਿਆ ਉਹਨਾਂ, ਉਹ ਸਾਧ ਹੋ ਗਿਆ। ਤੇ ਇਸਲਾਮ ਨੇ ਉਹਨੂੰ ਸਭ ਤੋਂ ਵੱਡਾ ਮਾਣ ਦਿੱਤਾ, ਖਲੀਫਾ, ਖਲੀਫੇ ਦਾ ਮਾਣ ਦਿੱਤਾ ਗਿਆ, ਧਾਰਮਿਕ ਆਗੂ ਬਣਾਇਆ ਗਿਆ। ਇੱਕ ਨਿਗਾਹ ਉਹਦੀ ਕਿੱਡੀ ਬਰਕਤ ਰੱਖਦੀ ਹੈ ਰੱਬ ਦੇ ਪਿਆਰੇ ਦੀ। ਇਹ ਮਹਾਰਾਜ ਦੀ ਮਰਜ਼ੀ ਹੈ, ਉਹ ਭਾਵੇਂ ਹੁਣ ਸੁਪਨੇ ਚ ਕਿਰਪਾ ਕਰੇ ਕਿ ਪ੍ਰਤੱਖ ਕਿਰਪਾ ਕਰੇ, ਇਹ ਉਹਦੀ ਮਰਜ਼ੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ, ਜਿਨ੍ਹਾਂ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕਿ ਆਪਣੀ ਬਾਣੀ ਲਿਆ ਕੇ ਵਿਖਾਓ ਸਾਨੂੰ, ਤਾਂ ਉਹ ਜਾਂਦੇ ਨੇ ਬਾਣੀ ਲੈ ਕੇ ਆਉਂਦੇ ਨੇ, ਜਿਵੇਂ ਮਹਾਰਾਜ ਨੂੰ ਦਿਖਾਉਂਦੇ ਨੇ। ਆਓ ਸਾਰੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ ਜੀ। ਮਾਨ ਬਚਨ ਗੁਰਦਾਸ ਗਇਓ ਤਬ ਨਿਜ ਡੇਰੇ ਤੇ ਲਿਆਵਨ ਕੀਨ। ਮਨ ਕੇ ਬਚਨ ਮਹਾਰਾਜ ਜੀ ਦਾ ਆਪਣੇ ਡੇਰੇ ਤੋਂ, ਆਸਣ ਤੋਂ ਆਪਣੀ ਪੋਥੀ ਲੈ ਕੇ ਆਏ ਨੇ, ਜਿਹਦੇ ਵਿੱਚ ਆਪਦੀ ਬਾਣੀ ਲਿਖਦੇ ਸਨ। ਬੈਠ ਪਾਠ ਕਰਤਵੈ ਸੁਣਾਈ ਜਿਸਮੈਂ ਮਹਿਮਾ ਗੁਰੂ ਪ੍ਰਵੀਨ। ਤੇ ਬੈਠ ਕੇ ਫਿਰ ਸੱਚੇ ਪਾਤਸ਼ਾਹ ਨੂੰ ਪਾਠ ਸੁਣਾਇਆ, ਜਿਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਦਿਲਾਂ ਦੀਆਂ ਜਾਣਨ ਵਾਲੇ ਹਨ, ਉਹਨਾਂ ਦੀ ਮਹਿਮਾ ਲਿਖੀ ਹੋਈ ਸੀ, ਜਿਨ੍ਹਾਂ ਦੀ ਸਭ ਉੱਪਰ ਨਿਗਾਹ ਹੈ। ਭਗਤ ਬ੍ਰਿੰਦ ਜੁਤ ਸਤਿਗੁਰ ਸੁਣ ਕੇ ਭਏ ਪ੍ਰਸੰਨ ਸਲਾਹਤ ਚੀਨ। ਸਤਿਗੁਰੂ ਸੁਣ ਕੇ ਬੜੇ ਪ੍ਰਸੰਨ ਹੋਏ, ਬਹੁਤ ਜ਼ਿਆਦਾ ਪ੍ਰਸੰਨ ਹੋਏ। ਭਗਤਾਂ ਨੇ ਵੀ ਸੁਣਿਆ, ਸੁਣ ਕੇ ਸਤਿਗੁਰਾਂ ਤੋਂ ਬੜੇ ਪ੍ਰਸੰਨ ਹੋਏ, ਸਲੋਤਾ ਕੀਤੀ ਵੀ ਕਮਾਲ ਹੈ, ਐਸੀ ਬਾਣੀ ਭਾਈ ਗੁਰਦਾਸ ਜੀ ਲਿਖਦੇ ਸਨ ਆਪਣੀ। ਸ਼੍ਰੀ ਮੁਖ ਤੇ ਤਬੂ ਫਰਮਾਇਓ ਲਿਖਿਓ ਗ੍ਰੰਥ ਮੈਂ ਰਚੀ ਜੋ ਬੀਨ। ਤਾਂ ਸਤਿਗੁਰੂ ਜੀ ਕਹਿਣ ਲੱਗੇ ਭਾਈ ਸਾਹਿਬ ਜੀ ਨੂੰ ਵੀ ਇਹਦੇ ਵਿੱਚੋਂ ਆਪਾਂ ਕੁਝ ਸ਼ਬਦ ਕੱਢ ਕੇ ਗੁਰੂ ਗ੍ਰੰਥ ਸਾਹਿਬ ਚ ਲਿਖ ਦਈਏ, ਕਿਉਂ ਬਾਣੀ ਬੜੀ ਕਮਾਲ ਦੀ ਹੈ। ਬਾ ਕਮਾਲ ਤੁਸੀਂ ਬਾਣੀ ਲਿਖਦੇ ਹੋ ਸਿਧਾਂਤ ਵਾਲੀ। ਸੁਨ ਗੁਰਦਾਸ ਹਾਥ ਕੋ ਜੋਰਤ ਮੈਂ ਰਾਵਰ ਦਾਸਨ ਕੋ ਦਾਸ। ਦੇਖੋ
ਭਾਈ ਗੁਰਦਾਸ ਸਾਹਿਬ ਦੀ ਨਿਮਰਤਾ। ਉਹਨਾਂ ਨੇ ਹੱਥ ਜੋੜ ਲਏ, ਕਹਿੰਦੇ ਨਹੀਂ, ਮੈਂ ਤਾਂ ਤੁਹਾਡੇ ਨੌਕਰਾਂ ਦਾ ਨੌਕਰ ਹਾਂ। ਸੇਵਕ ਅਵਨੀ ਤਲ ਮੈਂ ਬੈਸਹਿ, ਸਾਹਿਬ ਉਚਤੈ ਤਖਤ ਬਿਲਾਸ। ਦ੍ਰਿਸ਼ਟਾਂਤ ਦਿੱਤਾ, ਉਦਾਹਰਣ ਦਿੱਤੀ ਵੀ ਜਿਹੜਾ ਨੌਕਰ ਹੁੰਦਾ ਨਾ, ਉਹ ਥੱਲੇ ਬੈਠਾ ਹੀ ਫੱਬਦਾ, ਤੇ ਮਾਲਕ ਜਿਹੜਾ ਹੁੰਦਾ ਉਹ ਤਖਤ ਤੇ ਬੈਠਾ ਹੀ ਫੱਬਦਾ ਹੈ। ਮੇਰੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਤੁਹਾਡੇ ਬਰਾਬਰ ਇਹ ਗੱਲ ਬਣ ਨਹੀਂ ਆ ਸਕਦੀ। ਤਿਮ ਅੰਤਰ ਬਾਣੀ ਮਹਿ ਹੋਵਤ, ਕਿਤ ਪੱਟੀ ਪਟ ਬੀਜਨ ਕਿਤ ਸਪਤਾਸ। ਇੰਨਾ ਫਰਕ ਆ ਜਿਵੇਂ ਨੌਕਰ ਤੇ ਮਾਲਕ ਦਾ ਫਰਕ, ਇੰਨਾ ਫਰਕ ਹੈ ਜਿਸ ਤਰ੍ਹਾਂ ਸੱਚੇ ਪਾਤਸ਼ਾਹ, ਇੰਨਾ ਫਰਕ ਹੈ ਜਿਵੇਂ ਇੱਕ ਜੁਗਨੂ ਤੇ ਇੱਕ ਸੂਰਜ। ਇਹ ਨਿਮਰਤਾ ਹੈ ਭਾਈ ਗੁਰਦਾਸ, ਕਿੱਥੇ ਇੱਕ ਸੂਰਜ ਦਾ ਪ੍ਰਕਾਸ਼ ਤੇ ਕਿੱਥੇ ਇੱਕ ਪੱਟ ਬੀਜਨ ਜੁਗਨੂ ਦਾ ਪ੍ਰਕਾਸ਼। ਇਹ ਮਹਾਰਾਜ ਮੇਰੀ ਬਾਣੀ ਤੁਹਾਡੀ ਬਰਾਬਰਤਾ ਇਹ ਮੈਂ ਨਹੀਂ ਕਰ ਸਕਦਾ। ਕਿਮ ਸਮਤਾ ਹੋਏ ਤੁਛ ਕੀਟ ਮੈਂ, ਆਪ ਮਹਿਦ ਤੇ ਮਹਿਦ ਪ੍ਰਕਾਸ਼। ਜਿਵੇਂ ਇੱਕ ਤੁਛ ਜਿਹਾ ਕੀੜਾ ਬਰਾਬਰਤਾ ਨਹੀਂ ਕਰ ਸਕਦਾ ਸੂਰਜ ਦੀ, ਆਪ ਦੇ ਵੱਡੇ ਤੋਂ ਵੱਡੇ ਪ੍ਰਕਾਸ਼ ਦੀ, ਆਪ ਐਸੇ ਪ੍ਰਕਾਸ਼ ਵਾਲੇ ਹੋ, ਇਸੇ ਤਰ੍ਹਾਂ ਮੇਰੀ ਬਾਣੀ ਆਪ ਜੀ ਦੇ ਬਰਾਬਰ ਨਹੀਂ ਲਿਖੀ ਜਾ ਸਕਦੀ। ਤੀਨ ਬੇਰ ਫਰਮਾਇਓ ਸਤਿਗੁਰ, ਬਿਨੈ ਸਹਿਤ ਭਾਈ ਕਰ ਬੰਦ। ਇਹ ਭਾਈ ਗੁਰਦਾਸ ਸਾਹਿਬ ਜੀ ਦੀ ਕਮਾਲ ਦੀ ਨਿਮਰਤਾ ਹੈ, ਕਿੱਡੇ ਮਹਾਨ ਹੋਣਗੇ। ਸਾਰਾ ਗੁਰੂ ਗ੍ਰੰਥ ਸਾਹਿਬ ਹੱਥੀ ਲਿਖਿਆ ਉਹਨਾਂ ਨੇ, ਪਰ ਉਹਨਾਂ ਦੇ ਸ਼ਬਦ ਜੇ ਕਿਤੇ ਪੜ੍ਹੀਏ। ਵੈਸੇ ਗੁਰਬਾਣੀ ਨੇ ਨਿਮਰਤਾ ਦੀ ਬੜੀ ਵੱਡੀ ਸਿਫਤ ਕੀਤੀ। ਸਾਧ ਸੰਗਤ ਦਾ ਪ੍ਰਭਾਵ ਮਨ ਦੀ ਬਿਰਤੀ ਅਨੁਸਾਰ ਪੈਂਦਾ। ਇੱਕ ਮਨ ਜਦੋਂ ਦੂਜੇ ਮਨ ਕੋਲੇ ਬਹਿੰਦਾ, ਇੱਕ ਸਰੀਰ ਜਦੋਂ ਦੂਜੇ ਸਰੀਰ ਕੋਲੇ ਬਹਿੰਦਾ, ਤੇ ਇੱਕ ਦੂਜੇ ਦਾ ਪ੍ਰਭਾਵ ਕਬੂਲਦੇ ਹੀ ਕਬੂਲਦੇ। ਮੈਂ ਕਈ ਵਾਰੀ ਅੱਗੇ ਵੀ ਕਥਾ ਚ ਬੇਨਤੀ ਕੀਤੀ, ਅੱਜ ਵੀ ਕਰਦਾ, ਰਿਪੀਟ ਕਰਦਾ ਦੁਬਾਰਾ। ਇੱਕ ਵਾਰੀ ਮੈਂ ਇੱਕ ਪੁਸਤਕ ਪੜ੍ਹੀ ਸੀ ਬੜੇ ਪ੍ਰਸਿੱਧ ਵਿਦਵਾਨ ਦੀ, ਉਹਦੇ ਵਿੱਚ ਉਹਨੇ ਸੰਗਤ ਦੇ ਪ੍ਰਭਾਵ ਨੂੰ ਸਾਇੰਟਿਫਿਕ ਸਿੱਧ ਕਰਨ ਦਾ ਯਤਨ ਕੀਤਾ। ਸਾਇੰਸ ਦੇ ਅਨੁਸਾਰ ਸੰਗਤ ਦਾ ਪ੍ਰਭਾਵ, ਉਹਨੇ ਇੱਕ ਐਸਾ ਯੰਤਰ ਬਣਾਇਆ, ਮਸ਼ੀਨ ਬਣਾਈ, ਜਿਹੜੀ ਬੰਦੇ ਦਾ ਪ੍ਰਭਾਵ ਦੱਸੇਗੀ। ਬੜੀ ਕਮਾਲ ਦੀ ਗੱਲ ਆ, ਸੁਣੋਗੇ ਤੁਸੀਂ ਤੇ, ਕਿਉਂ ਬੰਦੇ ਦਾ ਪ੍ਰਭਾਵ ਮਸ਼ੀਨ ਕੀ ਦੱਸ ਸਕਦੀ, ਪਰ ਉਹਨੇ ਬਣਾਈ। ਜਿੱਥੇ ਚਾਰ ਬਦਮਾਸ਼ ਬਹਿੰਦੇ ਨੇ, ਜਿੱਥੇ ਮਾੜੇ ਕੰਮ ਕਰਨ ਵਾਲੇ ਬੰਦੇ ਬਹਿੰਦੇ ਨੇ, ਜਦੋਂ ਮਾੜਾ ਕੰਮ, ਮਾੜੀਆਂ ਗੱਲਾਂ, ਮਾੜੀ ਸੋਚ, ਮਾੜਾ ਖਾਣਾ ਪੀਣਾ ਜੋ ਵੀ ਕਰਦੇ, ਉਹ ਚਲੇ ਜਾਂਦੇ ਕਰਕੇ, ਉਹ ਉਸ ਕਮਰੇ ਦੇ ਵਿੱਚ ਉਹ ਮਸ਼ੀਨ ਚਲਾਊਗਾ ਜੀ। ਉੱਥੇ ਜਿਹੜੀਆਂ ਤਸਵੀਰਾਂ ਉਹ ਪ੍ਰੋਜੈਕਟਰ ਨਾਲ ਕੰਧ ਤੇ ਬਣਨਗੀਆਂ, ਜਾਂ ਜੋ ਵੀ ਉਹਦੀ ਮਸ਼ੀਨ ਹੋਊਗੀ, ਮਹਾਰਾਜ ਜਾਣੇ, ਉੱਥੇ ਇੱਦਾਂ ਦੇ ਦ੍ਰਿਸ਼ ਬਣਨਗੇ, ਬੜੇ ਖੂਨਖਾਰ ਜਾਨਵਰ ਬੈਠੇ।
ਜਿਹੜੇ ਇੱਕ ਦੂਜੇ ਨੂੰ ਮਾਰ ਖਾਣ ਵਾਲਾ ਜਿਨ੍ਹਾਂ ਦਾ ਸੁਭਾਅ ਨਾ, ਇਦਾਂ ਦੇ ਪਰਛਾਵੇਂ ਉੱਥੇ ਦਿਖਣਗੇ ਜਿੱਥੇ ਉਹ ਬੰਦੇ ਬਹਿ ਕੇ ਗਏ। ਫਿਰ ਉਹ ਪਤਾ ਕੀ ਕਰਦਾ, ਜਿੱਥੇ ਧਾਰਮਿਕ ਜਗ੍ਹਾ ਵਾ, ਜਿੱਥੇ ਕੋਈ ਧਾਰਮਿਕ ਗੁਰਦੁਆਰਾ ਮੰਦਿਰ ਮਸਜਿਦ ਹੈ, ਜਿੱਥੇ ਰੱਬ ਦਾ ਨਾਂ ਜਪਿਆ ਜਾਂਦਾ, ਸੇਵਾ ਹੁੰਦੀ, ਜਾਂ ਫਿਰ ਉਹ ਕਮਰਾ ਜਿੱਥੇ ਵੈਸੇ ਹੀ ਚੰਗੀਆਂ ਗੱਲਾਂ ਹੁੰਦੀਆਂ, ਉੱਥੇ ਚਲਾਉਂਦਾ ਹੈ, ਐਸੀਆਂ ਆਕਿਰਤੀਆਂ ਉੱਥੇ ਬਣ ਕੇ ਦਿਖਣਗੀਆਂ ਤਸਵੀਰਾਂ, ਉਹਨਾਂ ਦਾ ਪ੍ਰਭਾਵ ਹਵਾ 'ਚ ਉੱਤੋਂ ਇਹੋ ਜਿਹੀਆਂ ਤਸਵੀਰਾਂ ਬਣਨਗੀਆਂ ਜਿਹੜੇ ਬੜੇ ਹੀ ਸੇਵਾ ਕਰਨ ਵਾਲੇ, ਜਿਹੜੇ ਜੀਵ ਬੜੇ ਹੀ ਇੱਕ ਦੂਜੇ ਨਾਲ ਪ੍ਰੇਮ ਕਰਨ ਵਾਲੇ। ਮੈਂ ਬੜਾ ਹੈਰਾਨ ਹੋਇਆ ਸੀ ਪੜ੍ਹ ਕੇ, ਕਈ ਵਾਰੀ ਬੇਨਤੀ ਕੀਤੀ ਅੱਗੇ ਵੀ ਕਥਾ 'ਚ, ਇਹ ਸਾਇੰਟਿਫਿਕ ਤੌਰ 'ਤੇ ਸਿੱਧ ਕਰਨਾ ਬੜਾ ਮੁਸ਼ਕਲ ਸੀ, ਪਰ ਉਹ ਸੱਜਣ ਸਿੱਧ ਕਰਕੇ ਵੀ ਸੰਗਤ ਦਾ ਏਡਾ ਪ੍ਰਭਾਵ, ਮਾੜੇ ਬੰਦਿਆਂ ਦਾ ਵਾਤਾਵਰਨ ਦੇ ਵਿੱਚ ਹੀ ਇੰਨਾ ਗੰਦਾ ਪ੍ਰਭਾਵ ਰਹਿ ਜਾਂਦਾ ਜਿੱਥੇ ਉਹ ਬਹਿ ਕੇ ਗਏ, ਇੰਨਾ ਪ੍ਰਭਾਵ ਪੈਂਦਾ। ਸੰਗਤ ਦਾ ਇੱਕ ਮਨ ਦਾ ਦੂਜੇ ਮਨ ਉੱਤੇ ਅਸਰ ਹੁੰਦਾ ਹੀ ਹੁੰਦਾ ਹੈ, ਜਿਹੜਾ ਵਿਸ਼ੇਸ਼ ਆ ਉਹਦੇ ਉੱਤੇ ਦੂਜੇ ਮਨ ਦਾ ਅਸਰ ਪੈ ਜਾਂਦਾ ਹੈ। ਮਨ ਦੀ ਵਿਰਤੀ ਦਾ ਇੱਕ ਗੁਣ ਆ ਹੰਕਾਰ, ਜੇ ਮਨ ਦੇ ਵਿੱਚ ਕੋਈ ਹੰਕਾਰ ਲੈ ਕੇ ਆਉਂਦਾ ਤੇ ਫਿਰ ਗੁਰਦੁਆਰੇ ਬਹਿੰਦਾ, ਉਹਦੇ ਉੱਤੇ ਓਨਾ ਅਸਰ ਨਹੀਂ ਸੰਗਤ ਦਾ ਪੈਂਦਾ ਜਿਹਦੀ ਮਨ ਦੀ ਬਿਰਤੀ 'ਚ ਹੰਕਾਰ। ਜਿਵੇਂ ਆਪਾਂ ਇੱਕ ਸ਼ਬਦ ਸੁਣਦੇ ਹਾਂ, ਪੜ੍ਹਦੇ ਹਾਂ, ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਈ, ਵੀ ਜੇ ਕਿਸੇ ਸੰਤ ਦੇ ਦਰਸ਼ਨ ਕਰਨ ਜਾਣੇ ਆ ਮਹਾਤਮਾ ਗੁਰਸਿੱਖ ਦੇ, ਨਾਲ ਨਾ ਕਿਸੇ ਨੂੰ ਲੈ ਕੇ ਜਾਓ। ਹੁਣ ਇਹ ਤਾਂ ਗੱਲ ਕੋਈ ਏਡੀ ਵਧੀਆ ਨਹੀਂ ਆ, ਜੇ ਤੁਸੀਂ ਗੁਰਦੁਆਰੇ ਜਾਣਾ ਸੰਗੋ 5-7 ਹੋਰ ਲੈ ਕੇ ਆਓ, 10-15 ਹੋਰ ਲੈ ਕੇ ਆਓ, ਆਪ ਤਾਂ ਤੁਸੀਂ ਖੱਟਣਾ ਹੀ ਆ, ਜਦੋਂ ਉਹ ਆਉਣਗੇ ਉਹਨਾਂ ਦਾ ਵੀ ਤੁਹਾਨੂੰ ਸੇਵਾ ਲੱਗੇਗੀ ਤੁਹਾਨੂੰ। ਤਾਂ ਮਹਾਂਪੁਰਖਾਂ ਨੇ ਫਿਰ ਇਹਦਾ ਅਰਥ ਕੀਤਾ ਵੀ ਜਦੋਂ ਸੰਗਤ ਵਿੱਚ ਜਾਣਾ, ਕਿਸੇ ਮਹਾਤਮਾ ਕੋਲੇ ਜਾਣਾ, ਨਾਲ ਕਿਨੂੰ ਨਹੀਂ ਲੈਣਾ, ਕਾਮ ਨੂੰ ਨਹੀਂ ਲੈਣਾ, ਨਾਲ ਕਿਨੂੰ ਨਹੀਂ ਲੈਣਾ, ਸਾਥ ਨਾ ਲੀਜੈ ਕੋਏ, ਕ੍ਰੋਧ ਨੂੰ ਨਹੀਂ ਲੈਣਾ, ਲੋਭ ਨੂੰ ਨਹੀਂ ਲੈਣਾ, ਮੋਹ ਹੰਕਾਰ ਨੂੰ ਨਹੀਂ ਲੈਣਾ ਚਾਹੀਦਾ ਜਦੋਂ ਸੰਗਤ ਵਿੱਚ ਜਾਣਾ। ਇੱਦਾਂ ਬੜਾ ਸੋਹਣਾ ਅਰਥ ਕਰਦੇ ਕਬੀਰ ਸਾਹਿਬ ਨੇ ਇੱਥੇ ਨਾ, ਦੋ ਦ੍ਰਿਸ਼ਟਾਂਤ ਦਿੱਤੇ, ਇੱਕ ਬੰਨੇ ਵਾਂਸ ਤੇ ਇੱਕ ਬੰਨੇ ਚੰਦਨ। ਵਾਂਸ ਨੂੰ ਹਉਮੈ ਦਾ ਪਾਤਰ ਬਣਾਤਾ, ਚੰਦਨ ਨੂੰ ਮਹਾਤਮਾ ਦਾ ਪਾਤਰ ਦੇਤਾ, ਰੋਲ ਦੇਤਾ। ਚੰਦਨ ਹਰ ਇੱਕ ਰੁੱਖ ਨੂੰ ਚੰਦਨ ਕਰੀ ਜਾਂਦਾ ਪਰ ਵਾਂਸ ਨੂੰ ਨਹੀਂ, ਭਾਵੇਂ ਸਾਰੀ ਉਮਰ ਉਹਦੇ ਲਾਗੇ ਆ। ਇਸੇ ਤਰ੍ਹਾਂ ਜਿਹਦੀ ਮਨ ਦੀ ਬਿਰਤੀ 'ਚ ਹੰਕਾਰ ਆ, ਉਹ ਸਾਰੀ ਉਮਰ ਧਾਰਮਿਕ ਜਗ੍ਹਾ ਤੇ ਬੈਠਾ ਰਹੇ, ਉਹਦੇ ਵਿੱਚ ਪਰਿਵਰਤਨ ਕਦੀ ਨਹੀਂ ਆਊ। ਜਿਹੜਾ ਆਖੇ ਨਹੀਂ ਲੱਗਦਾ ਉਹ 'ਚ ਪਰਿਵਰਤਨ ਕਦੀ ਨਹੀਂ ਆਊਗਾ। ਜਿਹੜਾ ਆਪਣੇ ਹਉਮੈ ਛੱਡ ਕੇ ਰਾਜੀ ਨਹੀਂ, ਮਹਾਰਾਜ ਕਹਿੰਦੇ ਕਬੀਰ ਬਾਂਸ ਵਡਾਈ ਬੂਡਿਆ ਇਉਂ ਮਤ ਬੂਢੋ ਕੋਏ, ਚੰਦਨ ਕੈ ਨਿਕਟੇ ਬਸੇ ਬਾਂਸ ਸੁਗੰਧ ਨਾ। ਭਾਈ ਸਾਹਿਬ ਦੀ ਕਿੱਡੀ ਵੱਡੀ ਸਿੱਖਿਆ ਸਾਨੂੰ, ਗੁਰੂ ਸਾਹਿਬ ਆਪ ਕਹਿੰਦੇ ਨੇ ਤੁਹਾਡੀ ਬਾਣੀ ਲਿਖ ਦਈਏ, ਸ਼ਬਦ ਚੋਣਵੇਂ ਕੱਢ ਕੇ ਵਿੱਚ ਪਾ ਦਈਏ, ਪਰ ਕਹਿੰਦੇ ਨਹੀਂ ਮਹਾਰਾਜ, ਮਾਲਕ ਦੀ ਬਰਾਬਰਤਾ ਨੌਕਰ ਨਹੀਂ ਕਰ ਸਕਦਾ, ਸੂਰਜ ਦੀ ਬਰਾਬਰਤਾ ਇੱਕ ਜੁਗਨੂੰ ਨਹੀਂ ਕਰ ਸਕਦਾ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ
ਦਾਸ ਤੇ ਕਿਰਪਾ ਕਰੋ। ਇਹ ਗੁਰਮਤ ਦਾ ਸਿਧਾਂਤ ਉਹਨਾਂ ਆਪਣੀ ਰਚਨਾ ਵਿੱਚ ਵੀ ਜਗ੍ਹਾ ਜਗ੍ਹਾ ਤੇ ਲਿਖਿਆ ਹੈ। ਇੱਕ ਜਗ੍ਹਾ ਉਹ ਲਿਖਦੇ ਨੇ ਗੁਰਮਤ ਹਿਰਦੈ ਗਰੀਬੀ ਆਵੇ। ਇੱਕ ਜਗ੍ਹਾ ਮਹਾਰਾਜ ਜੀ ਭਾਈ ਗੁਰਦਾਸ ਹੈ ਬੜਾ ਸੋਹਣਾ ਜ਼ਿਕਰ ਕਰਦੇ, ਉਹਨਾਂ ਦੋ ਤਿੰਨ ਦ੍ਰਿਸ਼ਟਾਂਤ ਵੀ ਬੜੇ ਸੋਹਣੇ ਦਿੱਤੇ ਨੇ। ਇੱਕ ਦ੍ਰਿਸ਼ਟਾਂਤ ਦਿੱਤਾ ਉਹਨਾਂ ਮਿੱਟੀ ਦਾ ਵੀ ਸਭ ਤੋਂ ਨੀਵੀਂ ਮਿੱਟੀ ਆ, ਪਰ ਇੱਕ ਦਿਨ ਇਹੀ ਸਭ ਤੋਂ ਉੱਪਰ ਆਉਂਦੀ। ਇੱਕ ਦ੍ਰਿਸ਼ਟਾਂਤ ਦਿੱਤਾ ਉਹਨਾਂ ਪੈਰਾਂ ਦਾ, ਤੁਸੀਂ ਸ਼ਬਦ ਸੁਣਿਆ ਹੋਊਗਾ ਰਾਗੀ ਸਿੰਘ ਜੀ ਬੜੇ ਪ੍ਰੇਮ ਨਾਲ ਪੜ੍ਹਦੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹਟਾਉਂਦੇ, ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ। ਉਹਨਾਂ ਨੇ ਇਸ ਸ਼ਬਦ ਵਿੱਚ ਕਮਾਲ ਕੀਤੀ ਹੈ, ਐਡੀ ਵੱਡੀ ਫਿਲਾਸਫੀ ਉਹਨਾਂ ਦੀ। ਉਹ ਕਹਿੰਦੇ ਵੀ ਸਰੀਰ ਦੇ ਵਿੱਚ ਸਭ ਤੋਂ ਉੱਚਾ ਸਿਰ ਆ, ਤੇ ਜੇ ਮਸਤਕ ਨਾ ਹੋਵੇ, ਸਿਰ ਨਾ ਹੋਵੇ, ਦਿਮਾਗ ਨਾ ਹੋਵੇ, ਸਰੀਰ ਦੇ ਪੱਲੇ ਕੱਖ ਵੀ ਨਹੀਂ। ਹੁਣ ਜਦੋਂ ਆਪਾਂ ਮੱਥਾ ਟੇਕਦੇ ਇਹਦਾ ਭਾਵ ਤੇ ਇਹੀ ਆ ਨਾ ਵੀ ਮੈਂ ਆਪਣਾ ਦਿਮਾਗ ਆਪਣਾ ਸਿਰ ਤੇਰੇ ਚਰਨਾਂ 'ਚ ਰੱਖਦਾ, ਹੁਣ ਤੂੰ ਮੈਨੂੰ ਚਲਾ ਜਿੱਦਾਂ ਚੱਲਦਾ, ਵੀ ਮੇਰੀ ਮਤ ਕੋਈ ਨਹੀਂ। ਤਾਂ ਉਹ ਲਿਖਦੇ ਨੇ ਵੀ ਸਰੀਰ ਵਿੱਚ ਸਭ ਤੋਂ ਉੱਚਾ ਸਿਰ ਹੈ, ਫਿਰ ਉਹਦੇ ਬਾਅਦ ਅੱਖਾਂ ਆਉਂਦੀਆਂ ਨੇ, ਉਹਦੇ ਬਾਅਦ ਨੱਕ ਆਉਂਦਾ, ਮੂੰਹ ਆਉਂਦਾ, ਹੱਥ ਨੇ, ਪੈਰ ਨੇ, ਪੈਰ ਸਭ ਤੋਂ ਨੀਵੇਂ ਨੇ। ਪਰ ਅਜੇ ਤੱਕ ਧਰਮ ਦੀ ਦੁਨੀਆ ਵਿੱਚ ਜਦੋਂ ਵੀ ਸਿਰ ਝੁਕਦਾ ਪੈਰਾਂ 'ਤੇ ਹੀ ਝੁਕਦਾ। ਕੀ ਇਹਨਾਂ ਦੇ ਵਿੱਚ ਵਿਸ਼ੇਸ਼ਤਾ ਵਾ? ਤਾਂ ਕਹਿੰਦੇ ਇਹੀ ਵਿਸ਼ੇਸ਼ਤਾ, ਜਿਹੜੇ ਨੀਵੇਂ ਰਹਿੰਦੇ ਨੇ ਨਿਮਰਤਾ 'ਚ ਰਹਿੰਦੇ ਨੇ, ਨਿਮਰਤਾ ਵਾਲੇ ਦੇ ਸਾਰੀ ਦੁਨੀਆ ਇੱਕ ਦਿਨ ਚਰਨਾਂ ਵਿੱਚ ਝੁਕ ਜਾਂਦੀ। ਇੱਦਾਂ ਦ੍ਰਿਸ਼ਟਾਂਤ ਉਹਨਾਂ ਬਾਣੀ ਵਿੱਚ ਬੜੇ ਦਿੱਤੇ ਨੇ। ਤਾਂ ਮਹਾਰਾਜ ਜੀ ਨੂੰ ਉਹਨਾਂ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਹੇ ਗਰੀਬ ਨਵਾਜ, ਆਪ ਜੀ ਦੇ ਬਰਾਬਰ ਬਾਣੀ ਨਹੀਂ ਚੜਾ ਸਕਦੇ। ਅਲਪ ਆਪ ਕੋ ਲਖ ਕਰ ਉਨਮਹਿ ਨੈ ਸਮਤਾ ਚਾਹਤ ਜਗ ਬੰਦ। ਤਿੰਨ ਵਾਰੀ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਬਚਨ ਕੀਤਾ, ਤਿੰਨ ਵਾਰੀ ਬੇਨਤੀ ਪ੍ਰੇਮ ਦੇ ਨਾਲ ਭਾਈ ਸਾਹਿਬ ਹੱਥ ਜੋੜ ਕੇ ਮਨਾ ਕਰਦੇ ਰਹੇ, ਤਿੰਨ ਵਾਰੀ ਉਹਨਾਂ ਮਨਾ ਕੀਤਾ ਜੀ। ਅਲਪ ਆਪ ਕੋ ਲਾਕਰ ਉਰਮੈ ਨਹਿ ਸਮਤਾ ਚਾਹਤ ਜਗ ਬੰਦ, ਹੇ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਬਰਾਬਰਤਾ ਨਹੀਂ ਚਾਹੁੰਦਾ ਕਿਉਂਕਿ ਮੈਂ ਬੜਾ ਛੋਟਾ ਹਾਂ, ਤੁਛ ਜਿਹਾ ਜੀਵ ਹਾਂ। ਭਾਈ ਗੁਰਦਾਸ ਸਾਹਿਬ ਦੇ ਸ਼ਬਦ ਪੜ੍ਹਨ ਜੇ ਕੋਈ ਪੜ੍ਹੇ ਨਾ ਅਰਦਾਸ 'ਚ, ਮੇਰੇ ਹਿਸਾਬ ਨਾਲ ਜਿੱਡਾ ਮਰਜ਼ੀ ਪਾਪੀ ਹੋਵੇ ਗੁਰੂ ਬਖਸ਼ ਦੋ ਜੇ ਉਹਨਾਂ ਦੇ ਸ਼ਬਦ ਪੜ੍ਹੀਏ ਨਾ। ਜਿਵੇਂ ਉਹਨਾਂ ਦਾ ਸ਼ਬਦ ਆ, ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੋਸੋ ਨਾ ਪਤਤ। ਕਮਾਲ ਹੋ ਗਈ ਆ, ਸਾਰੀ ਉਮਰ ਗੁਰੂ ਘਰ 'ਚ ਰਹੇ, ਗੁਰੂਆਂ ਦੇ ਕੋਲ ਪਲੇ, ਗੁਰੂ ਅਮਰਦਾਸ ਸਾਹਿਬ ਦਾ ਪਰਿਵਾਰ ਸਾਰਾ, ਤੇ ਨਿਮਰਤਾ ਵੇਖੋ ਤੁਸੀਂ ਕਿੱਡੀ ਵੱਡੀ। ਮੇਰੇ ਵਰਗਾ ਪਾਪੀ ਮੋਸੋ ਨਾ ਪਤਤ ਨਾ ਪਾਵਨ ਤੋ ਸਰ,
ਤੇ ਫਿਰ ਅਗਲੀ ਗੱਲ ਕੋਈ ਵੀ ਕਿਸੇ ਆਪਣੇ ਆਪ ਨੂੰ ਕਹਿ ਕੇ ਰਾਜੀ ਨਹੀਂ। ਮੋਸੋ ਨਾ ਵਿਕਾਰੀ, ਵਿਕਾਰੀ ਪਤਾ ਕਿਹਨੂੰ ਕਹਿੰਦੇ? ਜਿਹੜਾ ਕਾਮ ਕ੍ਰੋਧ ਚ ਫਸਿਆ ਹੋਇਆ ਬੰਦਾ ਹੁੰਦਾ, ਜਿਹੜਾ ਬਹੁਤਾ ਹੀ ਵਿਸ਼ਈ ਬੰਦਾ ਹੁੰਦਾ ਮਾੜੇ ਕਰਮਾਂ ਚ। ਮੋਸੋ ਨਾ ਵਿਕਾਰੀ ਨਾ ਤੋਸੋ ਉਪਕਾਰੀ, ਮੇਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤ ਰਸਾਤਲ ਓਟ ਤੁਹਾਰ। ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਮਾਫ਼ੀ ਬੰਦੇ ਨੂੰ ਕਿਸ ਤਰ੍ਹਾਂ ਮਿਲ ਸਕਦੀ ਹੈ? ਉਹਨਾਂ ਦੇ ਦੋ ਬੋਲ ਅਰਦਾਸ ਦੇ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗੱਤ। ਉਹਨਾਂ ਦੇ ਪਵਿੱਤਰ ਬਚਨ ਜਾਂ ਇੱਕ ਭਾਈ ਗੁਰਦਾਸ ਸਾਹਿਬ ਦਾ ਸ਼ਬਦ ਅਖੀਰਲਾ ਬੋਲ, ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਇਹਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਗੁਨਾਹ ਏਦਾਂ ਦਾ ਨਹੀਂ ਹੈ ਜਿਹੜਾ ਉਹਨਾਂ ਨਹੀਂ ਗਿਣਿਆ। ਏਡੇ ਵੱਡੇ ਬ੍ਰਹਮ ਬੇਤਾ ਵਿਦਵਾਨ ਹੋ ਕੇ ਗੁਰੂ ਸਾਹਿਬ ਦੇ ਸਾਹਮਣੇ ਕਿੱਡੀ ਵੱਡੀ ਨਿਮਰਤਾ ਸੀ ਉਹਨਾਂ 'ਚ, ਕਿੰਨੇ ਨਿਮਰਤਾ ਵਿੱਚ ਉਹ ਰਹਿੰਦੇ ਸਨ, ਰਹੋ ਵਿਚਾਰ। ਤਾਂ ਤਿੰਨ ਵਾਰੀ ਮਹਾਰਾਜ ਨੇ ਆਖਿਆ, ਤਿੰਨੇ ਵਾਰੀ ਹੱਥ ਜੋੜ ਕੇ ਮਾਫ਼ੀ ਮੰਗੀ। ਤਾਂ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਖੁਸ਼ ਹੋ ਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਵਰ ਦਿੰਦੇ ਹਨ। ਅਤ ਪ੍ਰਸੰਨ ਹੋਏ ਵਰ ਗੁਰ ਦੀਨੋ, ਤੁਵ ਬਾਣੀ ਫਲ ਹੋਏ ਬਿਲੰਦ। ਸਤਿਗੁਰੂ ਜੀ ਨੇ ਵਰ ਦਿੱਤਾ ਖੁਸ਼ ਹੋ ਕੇ ਕਿ ਤੁਹਾਡੀ ਬਾਣੀ ਦਾ ਬਹੁਤ ਵੱਡਾ ਫਲ ਹੋਵੇਗਾ। ਕਿੱਡਾ ਵੱਡਾ ਫਲ ਹੋਵੇਗਾ? ਤਾਂ ਮਹਾਰਾਜ ਜੀ ਫਰਮਾਉਂਦੇ ਹਨ, ਬੜਤ ਸੁਨਤ ਗੁਰਸਿੱਖੀ ਪ੍ਰਾਪਤ, ਸਰਦਾ ਸਤਿਗੁਰ ਬਧੈ ਮੁਕੰਦ। ਜਿਹੜਾ ਤੁਹਾਡੀ ਬਾਣੀ ਪੜੂਗਾ, ਜਿਹੜਾ ਤੁਹਾਡੀ ਬਾਣੀ ਸੁਣੇਗਾ, ਉਹਨੂੰ ਗੁਰਸਿੱਖੀ ਦੀ ਦਾਤ ਪ੍ਰਾਪਤ ਹੋਵੇਗਾ। ਗੁਰਸਿੱਖੀ ਉਹਨੂੰ ਮਿਲੂਗੀ ਜੋ ਆਪ ਜੀ ਦੀ ਬਾਣੀ ਪੜ੍ਹੇਗਾ, ਸੁਣੇਗਾ, ਔਰ ਸਤਿਗੁਰੂ ਉੱਤੇ ਸ਼ਰਧਾ ਵਧੇਗੀ, ਵਿਸ਼ਵਾਸ ਵਧੇਗਾ। ਤੁਹਾਡੀ ਬਾਣੀ ਪੜ੍ਹਨਾ ਯਕੀਨ ਬਣੇਗਾ, ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ। ਮੁਕਤੀ ਦੇ ਦਾਤੇ ਸਤਿਗੁਰੂ ਜੀ ਉੱਪਰ ਸ਼ਰਧਾ ਰੱਖਣ ਕਰਕੇ ਸਤਿਗੁਰੂ ਜੀ ਨੇ ਭਾਈ ਗੁਰਦਾਸ ਦੀ ਬਾਣੀ ਨੂੰ ਕੁੰਜੀ ਦਾ ਵਰ ਦਿੱਤਾ। ਕੁੰਜੀ ਕੁੰਜੀ ਨਾ ਹੋਵੇ, ਚਾਬੀ ਨਾ ਹੋਵੇ, ਸੱਜਣਾ ਜਿੰਦਰਾ ਖੁੱਲਦਾ ਹੀ ਨਹੀਂ। ਜਿਹਨੇ ਭਾਈ ਗੁਰਦਾਸ ਨਹੀਂ ਪੜ੍ਹਿਆ ਉਹਨੂੰ ਕੀ ਪਤਾ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ, ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਕੀ ਹੈ। ਐਸੇ ਵਾਰ ਮਹਾਰਾਜ ਨੇ ਦਿੱਤੇ ਹਨ, ਦੋਹਰਾ ਹੱਥ ਜੋਰ ਚਰਨੀ ਪਰਿਓ ਤਬ ਭਾਈ ਗੁਰਦਾਸ। ਭਾਈ ਗੁਰਦਾਸ ਸਾਹਿਬ ਜੀ ਹੱਥ ਜੋੜ ਕੇ ਚਰਨੀ ਪੈ ਗਏ ਮਹਾਰਾਜ ਦੇ। ਵਰ ਬਾਣੀ ਕੋ ਗੁਰਦਯੋ ਅਨਦ ਬੁਲੰਦ ਪ੍ਰਕਾਸ਼। ਗੁਰੂ ਸਾਹਿਬ ਜੀ ਨੇ ਇਹਨਾਂ ਦੀ ਬਾਣੀ ਨੂੰ ਵਰ ਦਿੱਤਾ ਸੀ ਕਿ ਇਹ ਬਾਣੀ ਪੜ੍ਹਨ ਦੇ ਨਾਲ ਆਨੰਦ ਬਹੁਤਾ ਪ੍ਰਕਾਸ਼ ਕਰੇਗਾ, ਬਹੁਤਾ ਆਨੰਦ ਜਿਹੜਾ ਹੈ ਉਹ ਇਹਨਾਂ ਦੀ ਬਾਣੀ ਪੜ੍ਹਨ ਕਰਕੇ ਪ੍ਰਾਪਤ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੇ ਇੱਦਾਂ ਦੇ ਵਿਸ਼ੇ ਹਨ ਜਿਹੜੇ ਗੁਰਬਾਣੀ ਦੀਆਂ ਗੁੰਝੀਆਂ ਰਮਜ਼ਾਂ ਜਿਹੜੀਆਂ ਨੇ ਉਹ ਖੋਲ ਦਿੰਦੇ ਨੇ। ਇੱਕ ਜਗ੍ਹਾ ਆਪ ਜੀ ਲਿਖਦੇ ਨੇ ਕਿ ਸਿੱਖ ਧਰਮ ਸੰਗਤੀ ਧਰਮ ਆ, ਸਿੱਖ ਮਤ ਜਿਹੜਾ ਸੰਗਤੀ ਮੈਨੇ ਇਕੱਠੇ ਹੋ ਕੇ, ਮੰਨ ਲਓ ਇੱਕ ਸਿੱਖ ਨਾਮ ਜਪਦਾ ਵਾ ਉਹਦੇ ਉੱਤੇ ਮਹਾਰਾਜ ਖੁਸ਼ ਨੇ ਪਰ ਬਹੁਤੇ ਖੁਸ਼ ਨਹੀਂ।
ਬਹੁਤੇ ਖੁਸ਼ ਉਹਦੇ ਉੱਤੇ ਹੀ ਆ ਜਿਹੜਾ ਆਪ ਵੀ ਜਪੇ ਤੇ ਹੋਰਨਾਂ ਨੂੰ ਜਪਾਵੇ। ਇੱਕ ਸਿੱਖ ਸੇਵਾ ਕਰਦਾ ਵਾ ਬੜੇ ਖੁਸ਼ ਨੇ, ਪਰ ਪੂਰੇ ਖੁਸ਼ ਉਹਦੇ ਤੇ ਨੇ ਜਿਹੜਾ ਆਪ ਵੀ ਕਰੇ ਤੇ ਪ੍ਰੇਰਨਾ ਦੇ ਕੇ ਹੋਰਨਾਂ ਨੂੰ ਵੀ ਕਰਾਵੇ। ਸਿੱਖ ਧਰਮ ਦੇ ਵਿੱਚ ਇਹੋ ਜਿਹਾ ਨਹੀਂ ਆ ਵੀ ਇਕੱਲਾ ਜਾ ਕੇ ਜੰਗਲ 'ਚ ਬੈਠਾ ਰਵੇ ਤੇ ਬੰਦਗੀ ਕਰਦਾ ਰਵੇ। ਸਿੱਖ ਧਰਮ ਦੀ ਜਿਹੜੀ ਵਿਆਖਿਆ ਭਾਈ ਗੁਰਦਾਸ ਸਾਹਿਬ ਜੀ ਨੇ ਕੀਤੀ ਉਹਨਾਂ ਦੇ ਸ਼ਬਦਾਂ ਦੇ ਵਿੱਚ, ਉਹ ਵਿਆਖਿਆ ਤੇ ਇਸ ਤਰ੍ਹਾਂ ਦੀ ਹੈ ਵੀ ਸੰਸਾਰ ਦੇ ਵਿੱਚ ਰਹਿ ਕੇ ਨਿਰਲੇਪ ਰਹਿਣਾ ਤੇ ਬਾਣੀ ਬਾਣੇ ਨਾਲ ਜੁੜੇ ਰਹਿਣਾ, ਪਰਉਪਕਾਰੀ ਰਹਿਣਾ, ਜਿਵੇਂ ਮਹਾਂਪੁਰਸ਼ ਪਰਉਪਕਾਰ ਕਰਦੇ ਨੇ। ਗੁਰੂ ਸਾਹਿਬ ਦੇ ਪਿਆਰੇ ਜਿਵੇਂ ਮਿਸਟਰ ਕਨਿੰਗਮ ਨੇ ਇੱਕ ਗੱਲ ਬੜੀ ਸੋਹਣੀ ਲਿਖੀ ਹੈ ਆਪਣੀ ਹਿਸਟਰੀ ਦੇ ਵਿੱਚ, ਉਹ ਲਿਖਦਾ ਵਾ ਉਹਨੇ ਇੱਕ ਨਿਹੰਗ ਸਿੰਘ ਦਾ ਜ਼ਿਕਰ ਕੀਤਾ ਹੈ, ਜਿਹੜਾ ਨਿਹੰਗ ਸਿੰਘ ਮੁਕਤ ਦਾ ਲੋਭੀ ਨਹੀਂ ਆ, ਮੁਕਤ ਦਾ ਲਾਲਚੀ ਨਹੀਂ ਵੀ ਮੈਂ ਮੁਕਤ ਹੋਵਾਂ, ਹੈ ਉਹ ਜੀਵਨ ਮੁਕਤ, ਐਸੀ ਉਹਦੀ ਬੰਦਗੀ ਆ ਤੇ ਐਸੀ ਦਸਵੇਂ ਪਾਤਸ਼ਾਹ ਦੀ ਉੱਤੇ ਕਿਰਪਾ ਜੀਵਨ ਮੁਕਤ। ਅੱਜ ਕੱਲ੍ਹ ਦਾ ਪਤਾ ਨਹੀਂ, ਪੁਰਾਣੇ ਸਮੇਂ ਜਦੋਂ ਤੁਸੀਂ ਕਿਸੇ ਵੀ ਇਤਿਹਾਸਕ ਗੁਰਦੁਆਰੇ ਜਾਓ ਨਾ, ਉੱਥੇ ਉਹਦੀ ਫੋਟੋ ਬਣਾ ਕੇ ਲਾਈ ਹੁੰਦੀ ਸੀ ਤੇ ਥੱਲੇ ਉਹ ਸਾਰਾ ਲੇਖ ਲਿਖਿਆ ਹੁੰਦਾ ਸੀ ਇਤਿਹਾਸਕ ਬੋਰਡ ਉੱਤੇ ਉਹਦਾ। ਤਾਂ ਉਹ ਕੀ ਕਰਦਾ ਵਾ, ਉਹ ਇੱਕ ਰਾਹ ਬਣਾਉਂਦਾ ਪਿਆ, ਰਸਤਾ ਬਣਾਉਂਦਾ ਪਿਆ, ਆਪ ਜੀਵਨ ਮੁਕਤ ਆ ਉਹ, ਪਰ ਰਸਤਾ ਬਣਾਉਂਦਾ ਪਿਆ ਲੋਕਾਂ ਵਾਸਤੇ, ਰਾਹ ਬਣਾਉਂਦਾ ਪਿਆ, ਸੜਕ ਬਣਾਉਂਦਾ ਪਿਆ। ਹੁਣ ਮੈਨੂੰ ਦੱਸੋ ਵੀ ਉਹਨੂੰ ਛੜਕਣਾ ਕੀ ਫਾਇਦਾ, ਬਣੇ ਨਾ ਬਣੇ ਸਾਨੂੰ ਕੀ, ਆਪਾਂ ਤੇ ਇੱਦਾਂ ਹੀ ਕਹਿ ਦਿੰਦੇ ਸਾਨੂੰ ਕੀ ਜੀ, ਸਾਡਾ ਤੇ ਕੋਈ ਮਤਲਬ ਹੀ ਨਹੀਂ ਹੈ। ਪਰ ਉਹ ਜੀਵਨ ਮੁਕਤ ਹੋ ਕੇ ਵੀ ਏਡਾ ਵੱਡਾ ਪਰਉਪਕਾਰੀ ਸੀ, ਲੋਕਾਂ ਦੇ ਫਾਇਦੇ ਵਾਸਤੇ ਇਕੱਲਾ ਹੀ ਸਾਰੀ ਸੜਕ ਬਣਾਈ ਜਾਂਦਾ, ਐਸੀ ਉਹਦੀ ਅਵਸਥਾ ਸੀ। ਹਰ ਇਤਿਹਾਸਕ ਬੋਰਡ ਤੇ ਉਹਦੀ ਸਾਖੀ ਲਿਖੀ ਹੁੰਦੀ ਸੀ, ਹਰਿਮੰਦਰ ਸਾਹਿਬ ਦਰਸ਼ਨ ਕਰ ਜਾਓ, ਉੱਥੇ ਬਾਹਰ ਬੋਰਡ ਲੱਗੇ ਇਤਿਹਾਸ ਦੇ, ਉੱਥੇ ਤੁਹਾਨੂੰ ਮਿਲ ਜਾਵੇ। ਐਸਾ ਪਰਉਪਕਾਰੀ ਜੀਵਨ ਮਹਾਰਾਜ ਨੇ ਦਿੱਤਾ ਸਿੱਖਾਂ ਨੂੰ। ਭਾਈ ਗੁਰਦਾਸ ਸਾਹਿਬ ਜੀ ਆਪਣੀ ਵਿਆਖਿਆ ਦੇ ਵਿੱਚ ਬੜਾ ਸੋਹਣਾ ਇਹੋ ਜਿਹੇ ਡੂੰਘੀਆਂ ਗੱਲਾਂ, ਰਮਜ਼ਾਂ ਭਰੀਆਂ ਗੱਲਾਂ ਉਹ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ। ਅੱਜ ਵੀ ਸਿੱਖਾਂ ਨੂੰ ਲੋੜ ਹੈ ਸਕੂਲ ਬਣਾਉਣ, ਪਰਉਪਕਾਰ ਕਰ, ਕਾਲਜ ਬਣਾਉਣ, ਯੂਨੀਵਰਸਿਟੀਆਂ ਬਣਾਉਣ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਜੇ ਦਵਾਖਾਨਾ ਖੋਲਿਆ ਤੇ ਅੱਜ ਸਿੱਖ ਹੋਸਪਿਟਲ ਕਿਉਂ ਨਹੀਂ ਬਣਾ ਸਕਦਾ? ਸਿੱਖ ਬਣਾਉਣ। ਗੁੱਸਾ ਕਰੋਗੇ ਤੁਸੀਂ ਸਾਰੇ, ਸਮਾਪਤੀ ਦਾ ਸਮਾਂ ਉਹ ਚੱਲਿਆ ਹੈ। ਜਿੰਨਾ ਇੱਕ ਦੂਜੇ ਨਾਲ ਲੜਨ ਤੇ ਪੈਸਾ ਜਾੜਦੇ ਹਾਂ, ਇੰਨੇ ਦਾ ਤੇ ਇੱਥੇ ਦੋ ਤਿੰਨ ਟੌਪ ਦੇ ਸਕੂਲ ਟੋਰਾਂਟੋ 'ਚ ਬਣ ਜਾਣੇ ਸੀ ਸਿੱਖਾਂ ਦੇ। ਭਾਵੇਂ ਕਿ ਇਸ ਗੁਰਦੁਆਰੇ ਖਾਲਸਾ ਸਕੂਲ ਚੱਲਦਾ ਹੈ, ਪਰ ਫਿਰ ਵੀ ਇਹ ਤੋਂ ਵੀ ਵੱਡੀ ਸੇਵਾ ਮਹਾਰਾਜ ਸਾਰੇ ਸਿੱਖਾਂ ਨੂੰ ਦੇਣ, ਕੋਈ ਸਿੱਖਾਂ ਦਾ ਸਕੂਲ ਹੋਵੇ ਜਿੱਥੇ ਬੱਚੇ ਪੜ੍ਹਨ, ਜਿਵੇਂ ਸਰੀ ਵਿੱਚ ਬਣਿਆ, ਗੁਰਮਤਿ ਦੀ ਵਿਦਿਆ ਪ੍ਰਾਪਤ ਹੋਵੇ, ਵੱਧ ਤੋਂ ਵੱਧ ਲਾਭ ਪ੍ਰਾਪਤ ਹੋਵੇ। ਅੱਜ ਦਮਦਮੀ ਟਕਸਾਲ ਦੇ ਵਿੱਚ ਵੀ ਦੇਖੋ ਇੱਕ ਨਵੇਕਲਾ ਉਪਾਅ ਕੀਤਾ ਹੈ ਵੀ ਜਿਹੜਾ ਬੰਦਾ ਪਲੱਸ ਟੂ ਪਾਸ ਹੈ, ਟੈਂਥ ਪਾਸ ਹੈ, ਉਹਨੂੰ ਸਾਰੀ ਪੜ੍ਹਾਈ ਬੀ ਏ ਤੋਂ ਲੈ ਕੇ ਐੱਮ ਏ ਕਰ ਲਏ ਲਾਜ਼ਮੀ, ਐੱਮ ਏ ਤੋਂ ਬਾਅਦ ਐੱਮ ਫਿਲ ਕਰਨੀ ਹੈ ਜਾਂ ਜੋ ਪੀ ਐੱਚ ਡੀ ਕੋਈ ਖੋਜ ਕਰਨੀ, ਸਾਰਾ ਪੈਸਾ ਰੁਪਈਆ ਰੁਪਈਆ ਟਕਸਾਲ ਨੇ ਲਾਉਣਾ, ਪਰ ਕਰਨ ਵਾਲਾ ਤੇ ਬਣੇ ਕੋ। ਅੱਜ 90 ਵਿਦਿਆਰਥੀ ਇੱਦਾਂ ਦੇ ਨੇ ਜਿਹੜੇ ਕਥਾ ਤੇ ਕਰਦੇ ਹੀ ਨੇ, ਕਥਾ ਸਿੱਖਦੇ ਨੇ ਨਾਲ, ਪਰ ਬੀ ਏ ਐੱਮ ਏ ਵੀ ਪਾਸ,
ਤੇ ਅੱਗੇ PhD ਤਿਆਰੀ ਕਰ ਰਹੇ ਨੇ ਟਕਸਾਲ ਚ। ਕਿੱਡਾ ਵੱਡਾ ਉਪਰਾਲਾ ਹੈ ਮਹਾਂਪੁਰਖਾਂ ਦਾ। ਸੋ ਰਹੋ ਵਿਚਾਰ, ਸਮਾਂ ਇਸ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਮੈਂ ਬੇਨਤੀ ਕਰਾਂ ਉਚੇਚੇ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਕਰਵਾਏ ਨੇ ਬੜੇ ਪ੍ਰੇਮ ਦੇ ਨਾਲ। ਪ੍ਰਧਾਨ ਸਾਹਿਬ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ, ਇਸੇ ਤਰ੍ਹਾਂ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਬੋਪਾ ਰਾਏ, ਔਰ ਸੰਗਤ ਸਾਰੀ ਹੀ ਸਤਿਕਾਰ ਦੀ ਪਾਤਰ ਹੈ। ਔਰ ਵਿਸ਼ੇਸ਼ ਤੌਰ ਤੇ ਜਿਹੜੇ ਸੰਗਤ ਵਿੱਚ ਬੜੀ ਦੂਰੋਂ ਗੁਰਸਿੱਖ ਪਿਆਰੇ ਚੱਲ ਕੇ ਨਾਮ ਅਭਿਆਸ ਚ ਆਉਂਦੇ ਨੇ, ਸਿਮਰਨ ਚ ਆਉਂਦੇ ਨੇ, ਸੇਵਾ ਚ ਆਉਂਦੇ ਨੇ, ਸਤਿਕਾਰੇ ਯੋਗ, ਇਸੇ ਤਰ੍ਹਾਂ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਭਾਈ ਸਾਹਿਬ ਭਾਈ ਮਨਤੀਰ ਸਿੰਘ ਜੀ, ਭਾਈ ਹੀਰਾ ਸਿੰਘ ਜੀ, ਉਚੇਚੇ ਤੌਰ ਤੇ ਟਿਲਬਰੀ ਤੋਂ ਹਰ ਰੋਜ਼ ਹਾਜ਼ਰੀ ਭਰ ਲਾਉਣਾ, ਇੱਥੇ ਬਹਿਣਾ, ਬੜਾ ਵੱਡਾ ਇਹ ਉਪਰਾਲਾ ਵਾ ਨਾਮ ਅਭਿਆਸ ਦਾ। ਕੁਝ ਸੰਗਤਾਂ ਇੱਥੇ ਆਉਂਦੀਆਂ, ਕੁਝ ਘਰਾਂ 'ਚ ਬਹਿ ਕੇ ਇਹਦਾ ਲਾਭ ਪ੍ਰਾਪਤ ਕਰ ਰਹੀਆਂ ਨੇ। ਜਿਹੜਾ 40 ਦਿਨ ਇਹ ਸਤ ਸੰਗਤ ਚੱਲਦਾ, ਅਭਿਆਸ ਚੱਲਦਾ ਹੈ, ਇਹੋ ਜਿਹੇ ਉਪਰਾਲੇ ਹਰ ਗੁਰੂ ਘਰ 'ਚ ਹੋਣ। ਸੰਗਤ ਨੂੰ ਨਾਮ ਨਾਲ ਜੋੜਿਆ ਜਾਵੇ, ਬਾਣੀ ਨਾਲ ਜੋੜਿਆ ਜਾਵੇ, ਔਰ ਵਿਸ਼ੇਸ਼ ਤੌਰ 'ਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਮਹਾਂਪੁਰਖਾਂ ਦੀ ਯਾਦਗਾਰ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਵਰਸਾਏ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੇ ਬਣਵਾਈ ਹੈ, ਉਹਨਾਂ ਮਹਾਂਪੁਰਖਾਂ ਦਾ ਪਰਿਵਾਰ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ, ਇਸੇ ਤਰ੍ਹਾਂ ਅਮਰ ਸ਼ਹੀਦ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਨਾਗੋ ਕੇ ਉਹਨਾਂ ਦਾ ਪਰਿਵਾਰ, ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ, ਔਰ ਅਮਰ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਣੋਚਾਲ, ਉਹਨਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ, ਇੱਕ ਦੂ ਇੱਕ ਚੜ੍ਹੰਦੀਆ ਕੌਣ ਜਾਣੇ ਮੇਰਾ ਨਾਂ ਜੀਓ, ਔਰ ਮਹਾਂਪੁਰਖਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਗੁਰਕਿਰਪਾਲ ਸਿੰਘ ਜੀ, ਭਾਈ ਹਰਪ੍ਰੀਤ ਸਿੰਘ ਜੀ ਚੰਡੀਗੜ੍ਹ ਤੋਂ, ਸਾਰੀਆਂ ਸੰਗਤਾਂ ਦਾ ਧੰਨਵਾਦ। ਫਤਿਹ ਬੁਲਾਈਏ ਜੀ, ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।